ਜਗਦੀਪ ਨਾਲ ਗੱਲ ਹੋ ਰਹੀ ਹੈ, ਪੰਜਾਬ ਬੈਠੇ ਆ ਜਿਹੜੇ। ਜਗਦੀਪ, ਹਾਊ ਆਰ ਯੂ? ਗੁੱਡ ਸਰ, ਹਾਊ ਆਰ ਯੂ? ਗੁੱਡ। ਤੁਹਾਡੀ ਆਵਾਜ਼ ਹੀ, ਤੁਹਾਡੀ ਮੁਸਕਰਾਹਟ ਹੀ ਦੱਸ ਰਹੀ ਹੈ ਕੁਛ ਹੋ ਗਿਆ। ਤੁਸੀਂ ਇੰਟਰਵਿਊ ਲਈ ਗਏ ਸੀ ਕੈਨੇਡੀਅਨ ਹਾਈ ਕਮਿਸ਼ਨ 3-4 ਦਿਨ ਪਹਿਲਾਂ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇੰਟਰਵਿਊਅਰ ਦਾ ਨਾਮ ਪਤਾ ਲੱਗਿਆ, ਜਿਹੜੇ ਉਹੀ ਤਾਂ ਨਹੀਂ ਹੈ ਜਿਹੜੇ ਕਈ ਮਾਰਕੀਟ ਜੇ ਜੇ ਅਫਵਾਹ ਹੈ ਕਿ ਜਿਹੜੇ ਰਿਫਿਊਜ਼ ਕਰਦੇ ਹੈ? ਕੌਣ ਸੀ ਇੰਟਰਵਿਊਅਰ, ਕੋਈ ਡਿਸਕ੍ਰਾਈਬ ਕਰੋਗੇ ਕਿਸ ਤਰ੍ਹਾਂ ਦੇ ਇੰਟਰਵਿਊਅਰ ਸੀ ਉਹ ਜਿਹੜੇ ਜਿਹਨੇ ਤੁਹਾਨੂੰ ਇੰਟਰਵਿਊ ਕੀਤਾ? ਸਰ ਪਹਿਲੀ ਗੱਲ ਤਾਂ ਇੱਦਾਂ ਦੱਸਦਾ ਵੀ ਮੈਨੂੰ ਨਾਮ ਤਾਂ ਪਤਾ ਨਹੀਂ ਲੱਗਿਆ, ਪਰ ਇੱਕ ਜੋ ਮੈਨੂੰ ਸੁਖਮਨ ਵੀਰੇ ਨੇ ਨੰਬਰ ਦਿੱਤਾ ਸੀ, ਜੋ ਤੁਹਾਡੇ ਕੋਲ ਪਹਿਲਾਂ ਇੰਟਰਵਿਊ ਜਿਨ੍ਹਾਂ ਨੇ ਲਈ ਆ, ਪ੍ਰੈਕਟਿਸ ਕਰਵਾਈ ਤੁਸੀਂ, ਹਾਂ ਤੇ ਉਹਨਾਂ ਨੂੰ ਵੀ ਸੇਮ ਹੀ ਉਹ ਸੀਗੇ, ਲੇਡੀ ਓਕੇ 7 ਨੰਬਰ ਕੈਬਿਨ ਸੀ, ਸੇਮ ਹੀ ਮੇਰੇ ਇੰਟਰਪ੍ਰੇਟਰ ਸੀ, ਸੇਮ ਉਹਨਾਂ ਨੂੰ ਉਹੀ ਕੋ ਇੰਸੀਡੈਂਟ ਹੋ ਗਿਆ। ਇੱਕ ਗੋਰੀ ਗੋਰੀ ਸੀ ਜਾਂ ਇੰਡੀਅਨ ਓਰੀਜਿਨ ਦੇ? ਇੰਡੀਅਨ ਸੀਗੀ। ਇੰਡੀਅਨ ਓਰੀਜਿਨ, ਅੱਛਾ ਅੱਛਾ ਠੀਕ ਹੈ ਠੀਕ ਹੈ, ਚਲੋ ਕੋਈ ਗੱਲ ਨਹੀਂ। ਕਿਸ ਤਰ੍ਹਾਂ ਦੱਸੋ, ਸ਼ੁਰੂ ਤੋਂ ਜਿਹੜਾ ਅੰਦਰ ਤੁਸੀਂ ਪਹੁੰਚੇ, ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਫਿਰ ਅੱਗੇ ਪ੍ਰੋਸੀਡ ਕੀਤਾ, ਉਹਦੇ ਬਾਰੇ ਥੋੜ੍ਹਾ ਬਰੀਕੀ ਦੱਸੋ ਜਰਾ। ਸਰ ਮੈਂ 2 ਵਜੇ ਐਂਟਰ ਹੋ ਗਿਆ ਸੀ, ਅੰਦਰ ਮੇਰੀ 2:30 ਤੇ ਸੀਗੀ, ਤੇ ਅੰਦਰ ਮੇਰੇ ਤੋਂ ਪਹਿਲਾਂ ਦੋ ਲੜਕੇ ਸੀਗੇ ਤੇ ਇੱਕ ਲੜਕੀ ਸੀਗੀ, ਤੇ ਦੋ ਆਲਰੇਡੀ ਅੰਦਰ ਕੈਬਿਨ ਦੇ ਵਿੱਚ, 2 ਕੈਬਿਨ ਸੀ, ਇੱਕ ਦੇ ਵਿੱਚ ਸਰਦਾਰ ਸੀਗੇ ਵੀਜ਼ਾ ਆਫਿਸਰ ਤੇ ਇੱਕ ਦੇ ਵਿੱਚ ਲੇਡੀ ਸੀਗੇ, ਤੇ ਦੋਵਾਂ ਦੀ ਇੰਟਰਵਿਊ ਚੱਲ ਰਹੀ ਸੀਗੀ, ਦੋ ਮੁੰਡਿਆਂ ਦੀ ਅੰਦਰ, ਤੇ ਮੇਰੇ ਮੂਹਰੇ ਜਿਹੜੇ ਮੇਰੇ ਨਾਲ ਬੈਠੇ ਸੀਗੇ ਬਾਹਰ ਚੇਅਰਸ ਤੇ, ਉਹ ਇੱਕ ਲੜਕੀ ਤੇ 2 ਲੜਕੇ ਸੀਗੇ, ਤੇ ਮੈਂ ਰਿਸੈਪਸ਼ਨ ਤੇ ਆਪਣੀ ਆਪਣੀ ਇਨਵੀਟੇਸ਼ਨ ਲੈਟਰ ਜਿਹੜੀ ਇੰਟਰਵਿਊ ਦੀ ਜਮ੍ਹਾਂ ਕਰਵਾਈ, ਤੇ ਉਹਨਾਂ ਨੇ ਮੈਨੂੰ ਇੱਕ ਲੈਟਰ ਦੇ ਦਿੱਤੀ, ਤੇ ਮੈਂ ਚੇਅਰਸ ਤੇ ਵੇਟ ਕੀਤੀ ਬੈਠਿਆ। ਚਲੋ ਜਿਹੜਾ ਅੰਦਰੋਂ ਇੱਕ ਲੜਕਾ ਆਇਆ, ਉਹ ਜਿਹੜੇ ਮੈਡਮ ਕੋਲ ਮੇਰੀ ਇੰਟਰਵਿਊ ਹੋਈ ਆ, ਉਹ ਕੈਬਿਨ ਦੇ ਵਿੱਚੋਂ 7 ਨੰਬਰ, ਤੇ ਉਹਦਾ ਬਿਲਕੁਲ ਫੇਸ ਸੀ ਉੜਿਆ ਹੋਇਆ ਸੀ। ਚਲੋ ਉਹ ਆ ਗਿਆ, ਤੇ ਉਹਨੇ ਹੱਥ ਵਿੱਚ ਹੀ, ਜਿਵੇਂ ਮੈਂ ਸਾਰਾ ਕੁਛ ਤਿਆਰ ਕਰਕੇ ਲੈ ਕੇ, ਉਹ ਵੀ ਤੁਹਾਨੂੰ ਮੈਂ ਦੱਸਦਾ, ਉਹਨੇ ਹੱਥ ਵਿੱਚ ਹੀ ਫੋਟੋ ਚੱਕੀਆਂ ਹੋਈਆਂ, ਤੇ ਉਹਦਾ ਬਿਲਕੁਲ ਫੇਸ ਰੈੱਡ ਹੋਇਆ ਪਿਆ, ਕੰਨ ਵਗੈਰਾ ਐਨ ਬਿਲਕੁਲ, ਤੇ ਮੈਂ ਉਹਨੂੰ, ਚਲੋ ਆ ਗਿਆ ਕੋਲ, ਹੌਲੀ ਹੌਲੀ ਮੈਂ ਉਹਨੂੰ ਪੁੱਛਿਆ ਵੀ ਕੀ ਹੋਇਆ ਤੇਰਾ, ਕਹਿੰਦਾ ਯਾਰ ਬਹੁਤ ਅਲਝਾਉਂਦੇ ਆ, ਬਹੁਤ ਕੁਐਸਚਨ ਕਰਦੇ ਆ ਯਾਰ, ਕਹਿੰਦਾ ਮੈਨੂੰ ਕੁਛ ਨੀ ਦੱਸਿਆ, ਕਹਿੰਦੇ ਈਮੇਲ ਕਰਾਂਗੇ, ਮੈਂ ਕਿਹਾ ਤੁਹਾਨੂੰ ਮੈਡੀਕਲ ਬਾਰੇ ਪੁੱਛਿਆ, ਕਹਿੰਦਾ ਕੁਛ ਨੀ ਪੁੱਛਿਆ ਮੈਨੂੰ। ਚਲੋ ਉਹਦੇ ਇੰਟਰਪ੍ਰੇਟਰ ਵੀ ਉਹਨੂੰ ਕਹਿਣ ਲੱਗ ਗਏ ਵੀ ਤੂੰ ਕਨਫਿਊਜ਼, ਪਤਾ ਨੀ ਕੀ ਉਹਨੇ, ਚਲੋ ਦਿੱਤੀ ਉਹਦੀ ਇੰਟਰਵਿਊ, ਮਤਲਬ ਉਹਦੀ ਵੀ ਹੋਈ 20-25 ਮਿੰਟ ਉਹਦੀ ਵੀ ਇੰਟਰਵਿਊ ਹੋਈ, ਤੇ ਉਸ ਤੋਂ ਬਾਅਦ ਜਿਹੜਾ ਦੂਸਰੇ ਕੈਬਿਨ ਚ ਸੀਗਾ ਲੜਕਾ, ਤੇ ਉਹਨੇ ਤਾਂ ਮਤਲਬ ਦੇਖਿਆ ਹੀ ਨੀ, ਉਹ ਤਾਂ ਸਿੱਧਾ ਹੀ ਮਤਲਬ ਨਿਕਲ ਗਿਆ, ਬਾਹਰ ਨਿਕਲ ਗਿਆ, ਉਹਨੇ ਤਾਂ ਬੁਲਾਇਆ ਹੀ ਨੀ ਕਿਸੇ ਨੇ, ਨਾ ਕੁਛ ਦੱਸਿਆ, ਪਹਿਲਾਂ ਹੀ ਫਰਸਟ੍ਰੇਟ ਹੋ ਗਿਆ ਬਰਾਬਰ। ਹਾਂਜੀ, ਅਸੀਂ ਵੀ ਡਰ ਗਏ, ਤੇ ਮੇਰੇ, ਚਲੋ ਫਿਰ ਜਿਹੜਾ ਲੜਕਾ ਸੀ ਉਹਦੀ ਵਾਰੀ, ਉਹ ਸਰਦਾਰ ਜੀ ਕੋਲ ਆ ਗਈ ਆਫਿਸਰ ਕੋਲ, ਤੇ ਜਿਹੜੀ ਲੜਕੀ ਮੇਰੇ ਕੋਲ ਥੋੜੀ ਜਿਹੀ ਬੈਠੀ ਸੀਗੀ, ਗੁਜਰਾਤ ਸੀ, ਗੁਜਰਾਤ ਦੀ ਸੀਗੀ, ਉਹਦਾ ਵੀ ਹਸਬੈਂਡ ਇਹਦੇ ਸਟੱਡੀ ਵੀਜ਼ੇ ਤੇ ਸੀ, ਉਹਦੀ ਉਹ ਮੈਡਮ ਕੋਲ ਆ ਗਈ, ਤੇ ਮੈਂ ਉਹਨੂੰ ਬੈਸਟ ਆਫ ਲੱਕ ਕਹਿ ਤਾ, ਤੇ ਉਹ ਚਲੇ ਗਈ ਅੰਦਰ, ਤੇ ਜਿਹੜੇ ਸਰਦਾਰ ਵੀਜ਼ਾ ਆਫਿਸਰ ਸੀ ਉਹਨੇ ਲੜਕੇ ਨੂੰ ਪਹਿਲਾਂ ਫ੍ਰੀ ਕਰਤਾ, ਤੇ ਉਹ ਜਦੋਂ ਬਾਹਰ ਆਇਆ, ਮੈਂ ਮੈਨੂੰ ਆਇਆ ਸੀ ਮੇਰੀ ਵਾਰੀ ਹੁਣ ਇਹਨਾਂ ਕੋਲ ਆਊ, ਕਿਉਂਕਿ ਉਹ ਵੀਜ਼ਾ ਆਫਿਸਰ ਲੜਕੀ ਦੀ ਲੈ ਰਹੇ ਸੀ, ਮੈਨੂੰ ਆਇਆ ਸੀ ਮੇਰੀ, ਚਲੋ ਸਰਦਾਰ ਬੰਦੇ ਕੋਲ ਆਊਗੀ, ਚਲੋ ਵੀ ਮੈਨੂੰ, ਕਿਉਂਕਿ ਉਹ ਏਦਾਂ ਲੱਗ ਰਿਹਾ ਸੀਗਾ ਮੈਡਮ ਵੀ ਉਹ ਬਾਹਰ ਦੇ ਨੇ ਵੀ ਇੰਡੀਅਨ ਨੀ ਹੈਗੇ, ਲੁੱਕ ਤੋਂ ਲੱਗ ਰਿਹਾ ਸੀ, ਤੇ ਸਰਦਾਰ ਬੰਦਾ ਸੀਗਾ ਜਿਹੜਾ, ਮੈਨੂੰ ਆਇਆ ਸੀ ਵੀ ਇਹਨਾਂ ਕੋਲ ਆਊਗੀ, ਚਲੋ ਮੇਰੇ ਵਧੀਆ ਰਹੂ, ਪਰ ਉਹ ਲੜਕੇ ਨੇ ਵੀ ਮੇਰੇ ਵੱਲ ਨੀ ਦੇਖਿਆ, ਉਹ ਬਿਲਕੁਲ ਸਿੱਧਾ ਉਹ ਸਟ੍ਰੇਟ ਬਾਹਰ ਚਲੇ ਗਿਆ, ਪਤਾ ਨੀ ਕੀ ਗੱਲ, ਮੈਨੂੰ ਹੋਰ ਡਰਾਤਾ ਸਰ, ਤੇ ਚਲੋ ਫਿਰ ਉਹ ਲੜਕੀ ਜਿਹੜੇ ਵੀਜ਼ਾ ਆਫਿਸਰ ਫ੍ਰੀ ਹੋਏ 8 ਨੰਬਰ ਕੈਬਿਨ ਚ, ਉਹਨਾਂ ਨੇ ਮੈਨੂੰ ਮਤਲਬ ਸੱਦਿਆ ਨੀ, ਕਾਲ ਨੀ ਕੀਤੀ ਰਿਸੈਪਸ਼ਨ ਤੇ, ਮੈਂ ਵੇਟ ਕਰੀ ਗਿਆ, ਮੈਨੂੰ 2:30 ਤੋਂ 3 ਵੱਜ ਗਏ, 3 ਵੱਜ ਗਏ, ਤੇ ਉਸ ਤੋਂ ਬਾਅਦ ਉਹ ਲੜਕੀ ਵੀ ਬਾਹਰ ਆ ਗਈ 7 ਨੰਬਰ ਕੈਬਿਨ ਚ, ਤੇ ਉਹਨੂੰ ਮੈਂ ਪੁੱਛਿਆ, ਤੇ ਉਹ ਮੈਨੂੰ ਕਹਿੰਦੀ ਏਦਾਂ ਫੇਸ ਦੇ ਐਕਸਪ੍ਰੈਸ਼ਨ ਬਣਾ ਕੇ ਕਹਿੰਦੀ ਵਧੀਆ ਨੀ ਹੋਈ, ਤੇ ਉਹ ਵੀ ਨੀ, ਮੈਂ ਕੱਲਾ ਆ ਗਿਆ ਜੀ, ਵੈਸੇ ਹੋਈ ਨੀ ਸੀਗੀ ਮੇਰੇ ਤੋਂ ਬਾਅਦ ਕਿਸੇ ਦੀ ਵੀ ਇੰਟਰਵਿਊ, ਮੈਂ ਓਨਲੀ ਕੱਲਾ ਉੱਥੇ ਬੈਠਾ, ਤੇ ਉਹਨਾਂ ਨੇ, ਮੈਡਮ ਉੱਠ ਕੇ ਚਲੇ ਗਈ 7 ਨੰਬਰ ਕੈਬਿਨ ਦੇ ਵਿੱਚੋਂ, ਤੇ ਜਿਹੜੇ ਸਰਦਾਰ ਜੀ ਸੀਗੇ ਉਹਨਾਂ ਨੇ ਮੈਨੂੰ ਬੁਲਾਇਆ ਹੀ ਨੀ, ਪਤਾ ਨੀ ਕੀ ਕਰੀ ਗਏ ਉਹ ਕੰਪਿਊਟਰ ਤੇ, ਮੈਨੂੰ ਆਇਆ ਸੀ ਹੁਣ ਬੁਲਾਉਣਗੇ, ਮੈਨੂੰ 2:30 ਤੋਂ ਮੇਰੇ 3:30 ਹੋ ਗਏ, ਘੰਟਾ ਮੈਂ ਵੇਟ ਕੀਤੀ ਬਾਹਰ, ਤੇ ਜਿਹੜੇ ਮੇਰੇ ਇੰਟਰਪ੍ਰੇਟਰ ਕਹਿੰਦੇ, ਮੈਂ ਮਤਲਬ ਉੱਥੇ ਬੈਠਾ ਰਿਹਾ, ਮੈਂ ਬਿਲਕੁਲ ਨੀ ਹਿੱਲਿਆ, ਨਾ ਮੈਂ ਵਾਸ਼ਰੂਮ ਗਿਆ, ਤੇ ਇੰਟਰਪ੍ਰੇਟਰ ਕਹਿੰਦੇ ਵੀ ਇਹ ਪਹਿਲੀ ਵਾਰ ਹੋਇਆ ਵੀ ਬੁਲਾ ਕਿਉਂ ਨੀ ਰਹੇ ਤੈਨੂੰ, ਮੇਰਾ 3 ਵਾਰ ਰਿਸੈਪਸ਼ਨ ਤੇ ਜਿਹੜੀ ਮੈਡਮ ਸੀ ਉਹਨੇ ਮੇਰਾ ਨਾਮ ਪੁੱਛਿਆ ਵੀ ਤੇਰਾ ਨਾਮ
ਦੀਪ ਸਿੰਘ ਉਹ ਕਦੇ ਚਲੇ ਜਾ ਕਰੇ ਕਦੇ ਆ ਜਾ ਕਰੇ, ਮੈਨੂੰ ਨੀ ਪਤਾ, ਮੈਨੂੰ ਲੱਗਿਆ ਕਿਤੇ ਮੇਰੀ ਫਾਈਲ 'ਚ ਕੋਈ ਪ੍ਰੋਬਲਮ, ਚਲੋ ਬੁਲਾਇਆ ਹੀ ਨਹੀਂ ਉਹਨਾਂ ਨੇ ਤਾਂ ਮੈਨੂੰ ਬੁਲਾਇਆ ਨਹੀਂ, ਫਿਰ ਮੈਡਮ ਆਏ ਉਹੀ 7 ਨੰਬਰ ਕੈਬਿਨ ਵਾਲੇ ਦੁਬਾਰਾ, ਤੇ ਮੈਂ ਜਦੋਂ ਦੇਖਿਆ ਤੇ ਉਹ ਆ ਗਏ, ਤੇ ਉਹਨਾਂ ਨੇ ਵੀ 15-20 ਮਿੰਟ ਲਗਾਏ ਕੰਪਿਊਟਰ ਤੇ, ਸਕਰੀਨ ਹੁੰਦੀ ਹੈ ਜਿਹੜੀ ਉਹਨਾਂ ਦੀ ਦੇਖੀ, ਤੇ ਉਸ ਤੋਂ ਬਾਅਦ ਉਹਨਾਂ ਨੇ ਕਾਲ ਕੀਤੀ ਰਿਸੈਪਸ਼ਨ ਤੇ, ਫਿਰ ਉਹਨਾਂ ਨੇ ਮੇਰਾ ਨਾਮ ਅਨਾਊਂਸ ਕੀਤਾ, ਚਲੋ ਮੈਂ ਅੰਦਰ ਗਿਆ, ਤੇ ਅੰਦਰ ਮੈਂ ਤਾਂ ਪੁੱਛਣਾ ਸੀਗਾ ਜਿਵੇਂ ਇਹਨਾਂ ਨੇ ਦੱਸਿਆ ਸੀ ਵੀ ਚਲੋ ਥੋੜੀ ਜਿਹੀ ਰਿਸਪੈਕਟ ਜਿਵੇਂ ਪੁੱਛ ਲੈਂਦੇ ਆਪਾਂ, ਮੇ ਆਈ ਕਮ ਇਨ ਜਾਂ ਹਾਓ ਆਰ ਯੂ, ਉਹ ਮੈਡਮ ਮੇਰੇ ਵੱਲ ਦੇਖਿਆ ਹੀ ਨਹੀਂ, ਬਿਲਕੁਲ ਨਹੀਂ ਦੇਖਿਆ, ਉਹਨਾਂ ਨੇ ਮੈਨੂੰ ਕੁਛ ਨਹੀਂ ਪੁੱਛਿਆ, ਤੇ ਮੈਨੂੰ ਜਦੋਂ ਮੈਂ ਚਲੋ ਉਹਨਾਂ ਨੇ ਮੇਰੇ ਵੱਲ ਦੇਖਿਆ ਨਹੀਂ, ਮੈਂ ਅੰਦਰ ਚਲੇ ਗਿਆ, ਤੇ ਉਹਨਾਂ ਨੇ ਮੈਨੂੰ ਸਿੱਧਾ ਹੀ ਇੱਦਾਂ ਕਿਹਾ ਵੀ, ਜਦੋਂ ਉਹਨਾਂ ਨੇ ਕਿਹਾ ਮੈਂ ਸ਼ੌਕ ਰਹਿ ਗਿਆ, ਕਹਿੰਦੇ ਵੀ ਇੰਟਰਵਿਊ ਕਿਹੜੀ ਲੈਂਗੁਏਜ 'ਚ ਦੇਣੀ ਹੈ, ਤੇ ਮੈਂ ਉਹਨਾਂ ਨੂੰ ਕਹਿਤਾ, ਮੈਂ ਕਿਹਾ ਵੀ ਮੈਂ ਪੰਜਾਬੀ 'ਚ ਦੇਣੀ ਹੈ, ਤੇ ਮੈਨੂੰ ਇੱਦਾਂ ਹੋ ਗਿਆ ਵੀ ਇਹ ਲੱਗ ਨਹੀਂ ਰਹੇ ਸੀ ਲੁੱਕ ਤੋਂ ਇੰਡੀਅਨ, ਵੀ ਇਹ ਇੰਡੀਅਨ ਨੇ, ਤੇ ਚਲੋ ਉਹਨਾਂ ਨੇ ਮੈਂ ਇੱਕ ਕੁਰਸੀ ਸੀ ਚੇਅਰ ਵਿਚਾਲੇ ਉਹਨੂੰ ਛੱਡ ਕੇ ਮੈਂ ਇੱਧਰ ਬਹਿ ਗਿਆ, ਤੇ ਮੇਰੇ ਇੰਟਰਪ੍ਰੀਟਰ ਇੱਧਰ ਬਹਿ ਗਏ, ਤੇ ਉਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਕਹਿਤਾ ਵੀ ਇੱਧਰ ਮੇਰੇ ਸਾਹਮਣੇ ਆ ਜਾਓ ਥੋੜ੍ਹਾ ਜਿਹਾ, ਤੇ ਸਾਈਡ ਦੇ ਵਿੱਚ, ਤੇ ਉਹਨਾਂ ਨੇ ਚਲੋ ਮੈਨੂੰ ਬਿਠਾਇਆ, ਪਹਿਲਾ ਹੀ ਕੁਐਸਚਨ ਉਹਨਾਂ ਨੇ ਜਿਵੇਂ ਫਾਈਲ ਮੇਰੀ ਰੀਡ ਕੀਤੀ ਹੋਈ ਸੀ, ਕਹਿੰਦੇ ਕਿੱਥੋਂ ਆਇਆ ਵੀ ਹੁਣ ਕਿੱਥੋਂ ਆਇਆ ਤੂੰ, ਮੈਂ ਕਿਹਾ ਜੀ ਮੈਂ ਆਸਟ੍ਰੇਲੀਆ ਤੋਂ ਆਇਆ ਵਾਪਸ, ਕਹਿੰਦੇ ਪੁਰਾਣੀ ਪੁਰਾਣਾ ਤੁਹਾਡਾ ਬੈਕਗ੍ਰਾਉਂਡ ਸਾਰਾ ਉਹਨਾਂ ਨੇ ਪਹਿਲਾਂ ਪੜ੍ਹ ਕੇ ਤਿਆਰੀ ਕਰ ਲਈ, ਸਾਰਾ ਉਹਨਾਂ ਨੇ ਪਹਿਲਾਂ ਹੀ, ਆਸਟ੍ਰੇਲੀਆ ਤੋਂ ਬੰਦਾ ਆਇਆ ਹੋਇਆ ਸੀ। ਹਾਂਜੀ ਠੀਕ ਹੈ। ਹਾਂਜੀ ਤੇ ਫਿਰ ਦੂਆ ਕੁਐਸਚਨ ਉਹਨਾਂ ਦਾ ਇਹ ਸੀ ਕੀ ਸਟੱਡੀ ਕਰਕੇ ਆਇਆ, ਡਿਪਲੋਮਾ ਆਫ ਬਿਜ਼ਨਸ, ਤੇ ਹੁਣ ਤੀਆ ਕੁਐਸਚਨ ਇਹ ਸੀ ਕੀ ਕਰ ਰਹੇ ਹਾਂ ਇੰਡੀਆ, ਮੈਂ ਕਿਹਾ ਫਾਰਮਿੰਗ, ਕਹਿੰਦੇ ਵਾਹ, ਕਹਿੰਦੇ ਕਰਕੇ ਤੂੰ ਬਿਜ਼ਨਸ ਕਰ ਰਹੇ ਹਾਂ ਫਾਰਮਿੰਗ। ਅੱਛਾ, ਤੇ ਮਤਲਬ ਮੈਡਮ ਠੀਕ ਸੀ, ਵਧੀਆ ਸੀ, ਬਟ ਕਨਫਿਊਜ਼ ਕਰਦੇ ਸੀ, ਕੌਨਫੀਡੈਂਸ ਚੈੱਕ ਕਰਦੇ ਸੀ, ਤੇ ਮੈਂ ਹੱਸਣ ਲੱਗ ਗਿਆ, ਮੈਂ ਕਿਹਾ ਮੈਮ ਸਾਡਾ ਵੀ ਫੈਮਿਲੀ ਬਿਜ਼ਨਸ ਹੈ, ਤੇ ਮੈਂ ਕਿਹਾ ਤਾਂ ਕਰਕੇ ਮੈਂ ਫਾਰਮਿੰਗ ਕਰਦਾ ਵੀ ਸਾਡੇ ਕੋਲ ਆਪਣੀ ਲੈਂਡ ਹੈ, ਕਹਿੰਦੇ ਓਕੇ ਦੈਟਸ ਫਾਈਨ, ਠੀਕ ਹੈ, ਤੇ ਸਾਨੂੰ ਬਿਠਾਇਆ ਉਹਨਾਂ ਨੇ, ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ ਆਪਣਾ ਟਾਈਪਿੰਗ ਕੁਛ ਦੇਖਦੇ ਸੀਗੇ, ਉਹਨਾਂ ਨੇ ਸ਼ੁਰੂ ਕਰਤੀ, ਉਸ ਤੋਂ ਬਾਅਦ ਉਹ ਆ ਗਏ, ਕਹਿੰਦੇ ਵੀ ਵਿਜ਼ਟਰ ਵੀਜ਼ੇ ਤੇ ਸਿੱਧੇ ਹੀ, ਵੀ ਜਿਹੜਾ ਵਿਜ਼ਟਰ ਵੀਜ਼ਾ ਲਾਇਆ ਸੀ ਉਹ ਕਿਉਂ ਲਾਇਆ ਸੀ, ਕਿੰਨੀ ਵਾਰ ਰਿਜੈਕਟ ਹੋਇਆ, ਤੇ ਮੈਂ ਕਿਹਾ ਵੀ 3 ਟਾਈਮ ਰਿਜੈਕਸ਼ਨ ਹੈ, ਪਹਿਲਾਂ ਉਹਨਾਂ ਨੇ ਇੱਦਾਂ ਪੁੱਛਿਆ ਵੀ ਤੁਹਾਡਾ ਕੈਨੇਡਾ ਅਪਲਾਈ ਕੀਤਾ, ਤੇ ਪਹਿਲਾਂ ਮੈਂ ਕਹਿ ਤਾ ਉਹਨਾਂ ਨੂੰ ਵੀ 3 ਵਾਰ ਅਪਲਾਈ ਕੀਤਾ, 3 ਟਾਈਮ, ਕਹਿੰਦੇ ਓਕੇ, ਕਹਿੰਦੇ ਦੱਸੋ ਕਿਹੜੇ ਕਿਹੜੇ, ਮੈਂ ਕਿਹਾ 2 ਟਾਈਮ ਵਿਜ਼ਟਰ ਵੀਜ਼ਾ ਤੇ 1 ਟਾਈਮ ਸਪਾਊਸ ਵੀਜ਼ਾ। ਇੱਥੇ ਤੁਹਾਨੂੰ ਰੋਕਦੇ ਹਾਂ, ਇੱਕ ਸੈਕਿੰਡ, ਕਿ ਬਈ ਕਿੰਨਾ ਜ਼ਰਾ ਜ਼ਰੂਰੀ ਕੁਐਸਚਨ ਹੈ ਕਿ ਬਈ ਪੁਰਾਣੀ ਰਿਫਿਊਜ਼ਲ ਕਦੋਂ ਲੱਗੀ ਹੈ, ਕਿਸ ਤਰ੍ਹਾਂ ਲੱਗੀ ਹੈ, ਕਿਉਂ ਲੱਗੀ ਹੈ। ਕਈ ਲੋਕਾਂ ਨੂੰ, ਕਈ ਐਪਲੀਕੈਂਟਸ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਬਈ ਸਾਡੀ ਰਿਫਿਊਜ਼ਲ ਕਿੰਨੀ ਵਾਰ ਲੱਗੀ ਹੋਈ ਹੈ, ਅਤੇ ਕਈ ਤਾਂ ਏਜੰਟ ਇਸ ਚੀਜ਼ ਨੂੰ ਲੁਕੋ ਜਾਂਦੇ ਆ ਕਿ ਬਈ ਦੱਸਣ ਦੀ ਲੋੜ ਨਹੀਂ ਹੈ, ਉਹ ਬਾਅਦ 'ਚ ਪਤਾ ਲੱਗ ਜਾਂਦਾ, ਫਿਰ ਜਾ ਕੇ ਫਿਰ ਉਹ ਮਿਸਰੀਪ੍ਰਜੈਂਟੇਸ਼ਨ ਹੁੰਦਾ। ਕੰਟੀਨਿਊ ਪਲੀਜ਼। ਅਤੇ ਸਰ ਉਹਨਾਂ ਨੇ ਮੈਨੂੰ ਪੁੱਛਿਆ ਅਤੇ ਮੈਂ ਦੱਸ ਦਿੱਤਾ, ਅਤੇ ਫਿਰ ਉਹ ਆ ਗਏ, ਕਹਿੰਦੇ ਕਿਹੜੇ ਈਅਰ ਦੇ ਵਿੱਚ ਤੁਸੀਂ ਲਾਇਆ ਸੀਗਾ ਵੀਜ਼ਾ, ਵਿਜ਼ਟਰ ਵੀਜ਼ਾ, ਤੇ ਮੈਂ ਦੱਸਤਾ ਉਹਨਾਂ ਨੂੰ 2018 ਦੇ ਵਿੱਚ ਲਾਇਆ ਸੀ, ਉਹ ਕਹਿੰਦੇ ਤੁਹਾਡੀ ਵਾਈਫ ਉਸ ਟਾਈਮ ਕੈਨੇਡਾ 'ਚ ਸੀ, ਮੈਂ ਕਿਹਾ ਨਹੀਂ, ਉਹਨਾਂ ਨੇ ਸਟਾਪ ਕਰਤੀ ਉੱਥੇ ਗੱਲ, ਮਤਲਬ ਅੱਗੇ ਕੁਛ ਨਹੀਂ ਪੁੱਛਿਆ, ਮਤਲਬ ਉਹ ਏਦਾਂ ਕਰਦੇ ਸੀ ਕਿ ਜਿਵੇਂ ਇਹ ਟੋਪਿਕ ਨੂੰ ਸਟਾਪ ਕਰ ਦਿੰਦੇ ਸੀ, ਫਿਰ ਕੋਈ ਨਵਾਂ ਟੋਪਿਕ ਕਰ ਲੈਂਦੇ ਸੀ ਸ਼ੁਰੂ, ਪਰ ਫਿਰ ਥੋੜੇ ਕੁ ਟਾਈਮ ਬਾਅਦ ਫਿਰ ਇਹ ਟੋਪਿਕ ਸ਼ੁਰੂ ਕਰ ਦਿੰਦੇ ਸੀ। ਯਾ, ਕ੍ਰਾਸ ਚੈੱਕ ਬਹੁਤ ਕੀਤਾ, ਕ੍ਰਾਸ ਚੈੱਕ ਕਰਦੇ ਆ ਕਿ ਬਈ ਬੰਦਾ ਉਹ ਜਿਹੜੇ ਤਿਆਰੀ ਕਰਕੇ ਆਇਆ, ਇਦਾਂ ਨਾ ਕਿ ਉਹ ਭੁੱਲ ਜਾਏ ਕਿ ਉਧਰ ਕਰਕੇ ਦੁਬਾਰਾ ਨੂੰ ਚੈੱਕ ਕਰੀਏ ਕਿ ਬਈ ਉਹ ਚੀਜ਼ ਯਾਦ ਹੈ ਕਿ ਨਹੀਂ ਉਹਨੂੰ ਕਿਹਦੀ। ਹਾਂਜੀ ਹਾਂਜੀ। ਅੱਛਾ, ਤੇ ਉਸ ਤੋਂ ਬਾਅਦ ਇਹਨਾਂ ਨੇ ਚਲੋ ਪੁੱਛਿਆ ਵੀ ਵਿਜ਼ਟਰ ਵੀਜ਼ਾ ਕਿਹੜੇ ਉਹਦੇ ਵਿੱਚ, ਫਿਰ ਆ ਗਏ ਕਹਿੰਦੇ ਵਾਈਫ ਦਾ ਤੁਹਾਡੀ ਦਾ ਕੌਣ ਆ ਉੱਥੇ ਤੁਹਾਡਾ, ਮੈਂ ਕਿਹਾ ਮੇਰੀ ਵਾਈਫ, ਓਕੇ, ਤੇ ਕਹਿੰਦੇ ਵੀ ਕਿਹੜੇ ਕਾਲਜ 'ਚ ਇਹ ਪੁੱਛਿਆ, ਤੇ ਕਿਹੜੀ ਸਿਟੀ ਦੇ ਵਿੱਚ, ਸਿਟੀ ਨਾਮ ਪੁੱਛਿਆ, ਤੇ ਉਦੋਂ ਬਾਅਦ ਉਹਨਾਂ ਨੇ ਇੱਦਾਂ ਪੁੱਛਿਆ ਵੀ ਉਹ ਬਹੁਤ ਹੌਲੀ ਬੋਲਦੇ ਸੀਗੇ ਮਤਲਬ, ਤੇ ਉਹਨਾਂ ਨੇ ਇੱਦਾਂ ਪੁੱਛਿਆ ਵੀ ਤੁਹਾਡੀ ਵਾਈਫ ਉੱਥੇ ਕਿਹੜੇ ਪਰਮਿਟ ਦੇ, ਮੇਰੇ ਤੋਂ ਨਿਕ ਮੈਨੂੰ ਇੱਦਾਂ ਲੱਗਿਆ ਵੀ ਮੈਨੂੰ ਪੁੱਛ ਰਹੇ ਨੇ ਕਿਹੜੇ ਪਰਮਿਟ ਦੇਣਾ, ਮੈਂ ਕਹਿੰਦਾ ਸਪਾਊਸ ਵੀਜ਼ਾ, ਉਹ ਮੈਨੂੰ ਕਹਿੰਦੇ ਸਪਾਊਸ ਵੀਜ਼ਾ ਤੇ ਨੇ ਉਹ, ਤੇ ਮੈਂ ਕਿਹਾ ਅੱਛਾ ਉਹਨਾਂ ਦਾ ਪੁੱਛ ਰਹੇ ਹੋ, ਕਹਿੰਦੇ ਹਾਂਜੀ, ਉਹ ਵੀ ਯੈਸ ਮੈਂ ਉਹਨਾਂ ਦਾ ਪੁੱਛ ਰਹੀ ਹਾਂ, ਮੈਂ ਕਿਹਾ ਨਹੀਂ ਉਹ ਤਾਂ ਸਟੱਡੀ ਪਰਮਿਟ ਦੇ ਨੇ, ਕਹਿੰਦੇ ਓਕੇ, ਉਹ ਨਾਲ ਦੀ ਨਾਲ ਟਾਈਪ ਕਰ ਰਹੇ ਸੀ ਸਭ। ਬੜਾ ਜ਼ਰੂਰੀ ਹੈ ਕੈਚ ਕਰਨਾ ਕਿ ਵੀ ਕੁਐਸਚਨ ਪੁੱਛ ਪੁੱਛ ਕੀ ਰਹੇ ਹੈ, ਕੀ ਉਹਨਾਂ ਦਾ ਮਕਸਦ ਕੀ ਹੈ। ਕਈ ਵਾਰ ਆਪਾਂ ਬਹੁਤ ਸਲੋ ਬੋਲਦੇ ਸੀ, ਤੇ ਫਿਰ ਉਹਨਾਂ ਨੇ ਨਾ ਚਲੋ ਇੰਟਰਪ੍ਰੇਟਰ ਸੀਗਾ ਜਿਹੜਾ, ਚਲੋ ਮੈਨੂੰ ਇੰਗਲਿਸ਼ ਸਮਝ ਆਉਂਦੀ ਸੀ, ਤੇ ਇੰਟਰਪ੍ਰੇਟਰ ਜਿਹੜਾ ਸੀਗਾ ਮੇਰਾ ਉਹ ਵਿੱਚ ਬੋਲ ਰਿਹਾ ਸੀਗਾ, ਫਿਰ ਉਹਨਾਂ ਨੇ ਕਹਿਤਾ ਕਹਿੰਦੇ ਵੀ ਤੁਸੀਂ ਨੀ ਬੋਲਣਾ, ਵੀ ਇਹਨੂੰ ਸਮਝ ਆਉਂਦੀ ਹੈ ਇੰਗਲਿਸ਼, ਵੀ ਜੇ ਕੁਛ ਨਹੀਂ ਸਮਝ ਆਉ ਇਹ ਤੁਹਾਡੇ ਤੋਂ ਪੁੱਛੂ, ਕਿਉਂਕਿ ਉਹ ਜਦੋਂ ਬੋਲਦੇ ਸੀਗੇ ਮੈਂ ਸਮਝ ਜਾਂਦਾ ਸੀ, ਮੈਂ
ਇਮੀਡੀਏਟਲੀ ਉਹਨਾਂ ਦਾ ਆਨਸਰ ਦੇਣ ਲੱਗਦਾ ਸੀ, ਇੰਟਰਪ੍ਰੇਟਰ ਮੈਨੂੰ ਟ੍ਰਾਂਸਲੇਟ ਕਰਨ ਲੱਗ ਜਾਂਦੀ ਸੀ, ਤਾਂ ਉਹਨਾਂ ਨੂੰ ਕਲੀਅਰ ਨਹੀਂ ਸੁਣ ਰਿਹਾ ਸੀ, ਮੈਂ ਵੀ ਕਨਫਿਊਜ਼ ਹੋ ਜਾਂਦਾ ਸੀ ਉੱਥੇ. ਫਿਰ ਉਹਨਾਂ ਨੇ ਵੀਜ਼ਾ ਆਫਿਸਰ ਨੇ ਇੰਟਰਪ੍ਰੇਟਰ ਨੂੰ, ਤਾਂ ਇੰਟਰਪ੍ਰੇਟਰ ਨੇ ਕਹਿਤਾ ਵੀ ਮੈਂ ਆਪਣੀ ਜੋਬ ਕਰਨੀ ਹੈ, ਵੀ ਮੈਂ ਕਰ ਰਹੀ ਹਾਂ. ਕਹਿੰਦੀ ਨਹੀਂ ਵੀ ਜੇ ਇਹਨਾਂ ਨੂੰ ਕੋਈ ਨਹੀਂ ਪਤਾ ਲੱਗੂਗਾ ਇੰਗਲਿਸ਼ ਦਾ, ਫਿਰ ਤੁਸੀਂ ਟ੍ਰਾਂਸਲੇਟ ਕਰਨਾ, ਅਦਰਵਾਈਜ਼ ਤੁਸੀਂ ਬਸ ਬੋਲਿਓ ਨਾ ਵੀ ਤੁਸੀਂ ਤੁਸੀਂ ਸੁਣੋ. ਤੁਸੀਂ ਇੱਥੇ ਐਕਚੁਅਲੀ ਮਹਿਸੂਸ ਕੀਤਾ ਹੋਣਾ ਹੈ ਕਿ ਵੀਜ਼ਾ ਆਫੀਸਰ ਪਸੰਦ ਨਹੀਂ ਕਰਦੇ ਕਿ ਇੰਟਰਪ੍ਰਿਟੇਸ਼ਨ ਦੀ ਮਿਲਾਵਟ ਵਿੱਚ ਆ ਜਾਏ, ਕਿਉਂਕਿ ਕਈ ਵਾਰ ਮੈਂ ਇਹਦੇ ਬਾਰੇ ਕਈ ਵੀ ਵੀਡੀਓਜ਼ ਮੈਂ ਦੱਸਿਆ ਲੋਕਾਂ ਨੂੰ ਕਿ ਵੀ ਤੁਸੀਂ ਅਗਰ ਇੰਟਰਪ੍ਰੇਟਰ ਜੇ ਨਾ ਯੂਜ਼ ਕਰੋਗੇ ਤਾਂ ਫਾਇਦੇ 'ਚ ਰਹੋਗੇ, ਠੀਕ ਹੈ. ਅਗਰ ਜੇ ਬਿਲਕੁਲ ਜਮਾ ਤੁਹਾਨੂੰ ਪਤਾ ਨਹੀਂ ਹੈ, ਨੌਲੇਜ ਨਹੀਂ ਹੈ ਲੈਂਗੁਏਜ ਦੀ, ਫਿਰ ਤਾਂ ਤੁਹਾਨੂੰ ਇੰਟਰਪ੍ਰੇਟਰ ਲੋੜ ਹੈਗੀ ਹੋਗੀ. ਲੇਕਿਨ ਅਗਰ ਤੁਹਾਨੂੰ ਥੋੜ੍ਹੀ ਬਹੁਤ ਵੀ ਸਮਝ ਆ ਰਹੀ ਨਾ, ਇੰਟਰਪ੍ਰੇਟਰ ਦੀ ਜਿਹੜੀ ਇੱਕ ਇੰਟਰਫੀਅਰੈਂਸ ਹੈ ਨਾ, ਉਹ ਸਿਸਟਮ ਨੂੰ ਖਰਾਬ ਕਰਦੀ ਹੈ, ਐਕਚੁਅਲੀ ਪੋਜ਼ਿਟਿਵ ਨਹੀਂ ਕਰਦੀ. ਯੈਸ, ਕਿਉਂਕਿ ਸਰ ਉਹ ਮੈਡਮ ਵੀ ਸੀ ਨਾ ਜਿਹੜੇ, ਉਹਨਾਂ ਨੂੰ ਵੀ ਲਾਈਕ ਪੰਜਾਬੀ ਜਿਹੜੀ ਸਮਝ ਆਉਂਦੀ ਸੀਗੀ ਮੇਰੀ, ਤਾਂ ਉਹ ਚਾਹੁੰਦੇ ਸੀ ਵੀ ਮੈਂ ਇਹਦੀ ਡਾਇਰੈਕਟ ਗੱਲ ਸਮਝਾਂ. ਸਹੀ ਹੈ, ਜਦੋਂ ਮੈਂ ਆਨਸਰ ਦਿੰਦਾ ਸੀ ਨਾ, ਮੈਂ ਉਹ ਜਦੋਂ ਬੋਲਣ ਲੱਗ ਜਾਂਦੇ ਸੀ, ਮੈਂ ਉਹਨਾਂ ਵੱਲ ਦੇਖਣ ਲੱਗ ਜਾਂਦਾ ਸੀ. ਉਹਨਾਂ ਨੇ ਮੈਨੂੰ ਇਹ ਗੱਲ ਸਮਝਾਈ ਵੀ ਸੀ ਇੰਟਰਪ੍ਰੇਟਰ ਨੇ ਵੀ ਤੂੰ ਮੇਰੇ ਵੱਲ ਨਹੀਂ ਦੇਖਣਾ ਜੇ ਪੰਜਾਬੀ ਦੇ ਵਿੱਚ ਵੀ ਆਨਸਰ ਦੇਣਾ ਸਟ੍ਰੇਟ ਦੇਖ ਕੇ, ਪਰ ਮੇਰਾ ਧਿਆਨ ਉਹਨਾਂ ਵੱਲ ਚਲੇ ਜਾਂਦਾ ਸੀ. ਉਹਨਾਂ ਨੇ ਉਹ ਗੱਲ ਮੇਰੀ ਨੋਟਿਸ ਕੀਤੀ ਵੀ ਇਹ ਬੰਦਾ ਕਨਫਿਊਜ਼ ਹੋ ਰਿਹਾ ਉਹਨਾਂ ਕਰਕੇ, ਫਿਰ ਉਹਨਾਂ ਨੇ ਆਪ ਹੀ ਉਹਨਾਂ ਨੂੰ ਚੁੱਪ ਕਰਾਤਾ ਵੀ ਤੁਸੀਂ ਚੁੱਪ ਕਰ ਜਾਓ, ਇਹਨੇ ਆਪੇ ਆਨਸਰ ਦੇਈ ਜਾਣਾ. ਠੀਕ ਹੈ, ਤੇ ਚਲੋ ਉਹਨਾਂ ਨੇ ਮੇਰੀ ਸਟਾਰਟ ਕੀਤੀ. ਉਸ ਤੋਂ ਬਾਅਦ ਤੇ ਉਹਨਾਂ ਨੇ ਪੁੱਛਿਆ ਵੀ ਪਹਿਲੀ ਵਾਰ ਕਿੱਥੇ ਮਿਲੇ ਸੀ, ਤੇ ਮੈਂ ਦੱਸ ਦਿੱਤਾ ਵੀ ਇੱਥੇ ਮਿਲੇ ਸੀਗੇ ਕੋਚਿੰਗ ਕਲਾਸ ਤੇ ਜੋ ਵੀ ਹੈ. ਤੇ ਉਹਨਾਂ ਨੇ ਮੇਰੇ ਤੋਂ ਸਬਜੈਕਟ ਵੀ ਪੁੱਛਿਆ, ਤੇ ਉਹਨਾਂ ਨੇ ਮੈਂ ਏਦਾਂ ਵੀ ਪੁੱਛਿਆ ਵੀ ਉਹ ਸਿਟੀ ਸੀਗੀ ਜਿਹੜੀ ਉਹਦੇ ਪਿੰਡ ਤੋਂ ਕਿੰਨੀ ਦੂਰ ਸੀ ਤੇ ਮੇਰੇ ਪਿੰਡ ਤੋਂ ਕਿੰਨੀ ਦੂਰ ਸੀ. ਇੰਨੀ ਵੀ ਗਹਿਰਾਈ ਦੇ ਵਿੱਚ ਉਹ ਡੀਪ ਗਏ ਨੇ. ਤੇ ਉਹਨਾਂ ਨੇ ਅੱਗੇ ਮੇਰੇ ਤੋਂ ਪੁੱਛਿਆ ਵੀ ਓਕੇ, ਤੇ ਉਹਨਾਂ ਨੇ ਈਅਰ ਪੁੱਛ ਲਿਆ ਮੇਰੇ ਤੋਂ ਵੀ ਕਿਹੜੇ ਈਅਰ ਦੇ ਵਿੱਚ. ਉਸ ਤੋਂ ਬਾਅਦ ਚਲੋ ਉਹ ਪੁੱਛਣ ਲੱਗ ਗਏ ਆਪਣੇ, ਫਿਰ ਆਸਟ੍ਰੇਲੀਆ ਤੇ ਆ ਗਏ, ਕਹਿੰਦੇ ਫਿਰ ਏਦਾਂ ਹੀ ਵਿਜ਼ਟਰ ਵੀਜ਼ੇ ਤੇ ਆ ਗਏ ਇਮੀਡੀਏਟਲੀ ਮੈਨੂੰ ਕਨਫਿਊਜ਼ ਕਰਨ ਨੂੰ. ਕਹਿੰਦੇ ਵੀ ਵਿਜ਼ਟਰ ਵੀਜ਼ਾ ਸੀਗਾ ਜਿਹੜਾ ਤੇਰਾ, ਉਹ ਤੂੰ ਕਿਉਂ ਲਾਇਆ ਸੀ? ਮੈਂ ਕਿਹਾ ਮੇਰੀ ਕਜ਼ਨ ਸਿਸਟਰ ਹੈ. ਓਕੇ, ਕਹਿੰਦੇ ਕਜ਼ਨ ਸਿਸਟਰ ਤੇਰੀ ਉੱਥੇ, ਤੇਰੇ ਤੁਹਾਡਾ ਹੋਰ ਕੌਣ ਉੱਥੇ? ਮੈਂ ਕਿਹਾ ਮੇਰੀ ਰੀਅਲ ਸਿਸਟਰ ਵੀ ਆ ਉੱਥੇ. ਓਕੇ, ਕਹਿੰਦੇ ਰੀਅਲ ਸਿਸਟਰ ਵੀ ਤੇਰੀ ਉੱਥੇ? ਮੈਂ ਕਿਹਾ ਦੱਸਤਾ ਜੋ ਸੱਚ ਸੀ ਜੋ ਸੱਚ ਸੀ. ਤੇ ਉਹਨਾਂ ਨੇ ਲਿਖ ਲਿਆ, ਟਾਈਪਿੰਗ ਕਰ ਲਈ. ਤੇ ਓਕੇ, ਦੈਟਸ ਫਾਈਨ. ਤੇ ਉਸ ਤੋਂ ਬਾਅਦ ਪੁੱਛਣ ਲੱਗ ਗਏ ਵੀ ਆਸਟ੍ਰੇਲੀਆ ਬਾਰੇ, ਤੂੰ ਉੱਥੇ ਵੀਜ਼ਾ ਐਕਸਟੈਂਡ ਕਰਵਾਇਆ ਵੀ ਸਟੱਡੀ ਵੀਜ਼ਾ? ਵੀ ਐਕਸਟੈਂਡ ਕਰਿਆ ਜਾਂ ਪਾਈ ਸੀਗੀ ਤੂੰ ਫਾਈਲ, ਲਾਈ ਸੀਗੀ ਵੀ ਤੇਰਾ ਲੱਗਿਆ ਨਹੀਂ ਹੈ, ਇੱਦਾਂ ਦਾ ਕੁਛ ਵੀ ਰਿਜੈਕਸ਼ਨ ਆਸਟ੍ਰੇਲੀਆ ਤੋਂ? ਮੇਰੇ ਖਿਆਲ ਤੁਸੀਂ ਯਾਦ ਕਰੋ ਇਸ ਸਵਾਲ ਤੇ ਵੀ ਮੈਂ ਤੁਹਾਡੇ ਨਾਲ ਟੱਚ ਕਰ ਚੁੱਕਿਆ ਸੀ ਪਹਿਲਾਂ ਕਿ ਵੀ ਆਸਟ੍ਰੇਲੀਆ ਕੀ ਤੁਹਾਡਾ ਫਿਊਚਰ ਰਿਹਾ ਹੈ ਇਮੀਗ੍ਰੇਸ਼ਨ ਦਾ? ਹਾਂਜੀ ਹਾਂਜੀ ਹਾਂਜੀ, ਇਹ ਤੁਸੀਂ ਪੁੱਛਿਆ ਸੀ. ਤੇ ਉਸ ਤੋਂ ਬਾਅਦ ਉਹਨਾਂ ਨੇ ਇੱਦਾਂ ਵੀ ਪੁੱਛਿਆ ਵੀ ਪੀਆਰ ਲਈ ਅਪਲਾਈ ਨਹੀਂ ਕੀਤਾ ਉੱਥੇ? ਯਾ ਦੈਟਸ ਰਾਈਟ, ਯੈਸ ਓਕੇ. ਹਾਂਜੀ ਤੇ ਪੀਆਰ ਬਾਰੇ ਵੀ ਪੁੱਛਿਆ. ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਤੁਸੀਂ ਹੋਰ ਕਿਸੇ ਆਸਟ੍ਰੇਲੀਆ ਤੋਂ ਇਲਾਵਾ ਕਿੱਥੇ ਗਏ? ਉਹ ਡੁਬਈ ਗਿਆ ਸੀਗਾ, ਮੈਂ ਉਹ ਪੁੱਛਿਆ. ਤੇ ਉਸ ਤੋਂ ਬਾਅਦ ਉਹ ਪੁੱਛਣ ਲੱਗ ਗਏ ਵੀ ਉਹਨਾਂ ਨੇ ਸਾਰੀ ਡਿਟੇਲ ਪੁੱਛੀ ਫਿਰ ਆਸਟ੍ਰੇਲੀਆ ਦੀ ਵੀ ਕਿਹੜੀ ਸਿਟੀ ਦੇ ਵਿੱਚ ਰਹਿੰਦੇ ਸੀ ਤੇ ਕਿਹੜਾ ਕਾਲਜ ਨੇਮ ਸੀ ਤੇ ਕਿਹੜੀ ਸਟੱਡੀ, ਫਿਰ ਦੁਬਾਰਾ ਪੁੱਛ ਲਈ. ਤੇ ਉਹਦਾ ਪੁੱਛਿਆ ਵੀ ਤੁਹਾਡੇ ਕੋਈ ਪ੍ਰੂਫ ਹੈ? ਤੇ ਮੈਂ ਉੱਥੇ ਕਹਿਤਾ ਵੀ ਮੇਰੇ ਕੋਲ ਸਰਟੀਫਿਕੇਟ ਹੈਗਾ ਜਿਹੜਾ ਮੈਂ ਲੈ ਕੇ ਗਿਆ ਸੀ, ਪਰ ਉਹਨਾਂ ਨੇ ਉਸ ਟਾਈਮ ਉਹ ਦੇਖਿਆ ਨਹੀਂ ਸਰਟੀਫਿਕੇਟ, ਉਹ ਮੈਂ ਤੁਹਾਨੂੰ ਦੱਸਦਾ ਬਾਅਦ ਦੇ ਵਿੱਚ ਕਦੋਂ ਦੇਖਿਆ. ਤੇ ਉਹਨਾਂ ਨੇ ਮੇਰੇ ਸਾਰੇ ਕੰਮ ਪੁੱਛੇ ਵੀ ਤੂੰ ਜਦੋਂ ਜਦੋਂ ਮੈਂ ਅਪਲਾਈ ਕੀਤਾ ਵੀਜ਼ਾ ਵੀ ਕਿਹੜੇ ਕਿਹੜੇ ਕੰਮ ਕਰਦੇ? ਮੈਂ ਸਾਰੇ ਮਤਲਬ ਦੱਸਦੇ ਜੋ ਜੋ ਵੀ ਮੈਂ ਸਟਾਰਟਿੰਗ ਤੋਂ ਕੰਮ ਕੀਤੇ ਨੇ ਦੱਸ ਦਿੱਤੇ. ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਕਿੰਨਾ ਟਾਈਮ ਉੱਥੇ ਰਿਹਾ ਆਸਟ੍ਰੇਲੀਆ ਦੇ ਵਿੱਚ, ਕਿੰਨੇ ਤੋਂ ਕਿੰਨੇ ਈਅਰ ਤੋਂ? ਉਹ ਵੀ ਮੈਂ ਦੱਸਤਾ ਵੀ 2017 ਤੋਂ ਮੈਂ ਉਹ ਹੁਣ ਆਇਆ ਹੁਣ 2019. ਉਹ ਕਹਿੰਦੇ ਵੀ ਤੇਰੀ ਸਟੱਡੀ ਕਦੋਂ ਖਤਮ ਹੋਈ? ਕਿਉਂਕਿ ਉੱਥੇ ਸਟੱਡੀ ਆਸਟ੍ਰੇਲੀਆ ਦੇ ਵਿੱਚ ਇਹ ਆ ਵੀ ਵੀਜ਼ਾ ਤਾਂ ਮੇਰੇ ਕੋਲ 2-3 ਮਹੀਨੇ ਦਾ ਸੀਗਾ, ਪਰ ਉਹ ਤਾਂ ਅਸਾਈਨਮੈਂਟਾਂ ਤੇ ਡਿਪੈਂਡ ਕਰਦਾ. ਉਹ ਮੈਨੂੰ ਉਹਨੂੰ ਐਕਸਪਲੇਨ ਕੀਤਾ ਵੀ ਇਹ ਡਿਪੈਂਡ ਕਰਦਾ ਅਸਾਈਨਮੈਂਟਸ ਤੇ. ਤੇ ਉਹ ਮੇਰੀ ਗੱਲ ਕਲੀਅਰ ਸਮਝ ਗਏ, ਉਹ ਕਹਿੰਦੇ ਵੀ ਨੋ ਪ੍ਰੋਬਲਮ ਕਹਿ ਕੇ ਕਹਿੰਦੇ ਓਕੇ ਦੈਟਸ ਫਾਈਨ ਕਹਿੰਦੇ ਸੀਗੇ. ਤੇ ਉਸ ਤੋਂ ਬਾਅਦ ਫਿਰ ਆ ਗਏ ਉਹ, ਕਹਿੰਦੇ ਕੋਈ ਪਿਕਚਰ ਪੁਕਚਰ ਹੈਗੀ ਤੁਹਾਡੇ ਕੋਲ ਪਹਿਲਾਂ ਦੀ? ਤੁਸੀਂ ਕਹਿੰਦੇ ਹੋ ਵੀ 2016 ਤੋਂ ਸਾਡਾ ਰਿਲੇਸ਼ਨ ਹੈ, ਤੇ ਮੈਂ ਇੱਕ ਪ੍ਰੋਪਰ ਐਲਬਮ ਤਿਆਰ ਕਰਕੇ ਲੈ ਕੇ ਗਿਆ ਸੀਗਾ ਜਿਹਦੇ ਵਿੱਚ ਸਾਡਾ ਸਭ ਕੁਛ ਸੀ. ਤੇ ਉਹਨਾਂ ਨੂੰ ਮੈਂ ਉਹ ਕੀਤੀ, ਕਹਿੰਦੇ ਮੈਂ ਉਹਨੂੰ ਦੱਸਿਆ ਵੀ ਮੇਰੇ ਕੋਲ ਦੋ, ਇੱਕ ਵਿਆਹ ਦੀ ਐਲਬਮ ਹੈ ਤੇ ਇੱਕ ਉਹ ਹੈ. ਉਹ ਕਹਿੰਦੇ ਵੀ ਦੋਵੇਂ ਥੱਲੇ ਜੀ ਪਾਸ ਹੋ ਜਾਂਦੀ ਨੀ ਈਜ਼ੀ. ਪਹਿਲਾਂ ਤਾਂ ਮੈਨੂੰ ਕਹਿੰਦੇ ਸੀ ਵੀ ਉਹ ਵੀ ਉਹਦੇ ਥੱਲੇ ਜੀ ਪਾਸ ਨਹੀਂ ਹੁੰਦਾ, ਪਰ ਨਹੀਂ ਈਜ਼ੀਲੀ ਪਾਸ ਹੋ ਗਈ ਸੀਗੀ ਜਿਹੜੀ ਐਲਬਮ. ਤੇ ਦੋਵੇਂ ਮੈਂ ਉਹਨਾਂ ਨੂੰ ਫੜਾਤੀ, ਉਹ ਦੇਖਣ ਲੱਗ ਗਏ. ਤੇ ਦੇਖਣ ਲੱਗੇ ਉਹਨਾਂ ਨੇ ਪਹਿਲਾਂ ਉਹੀ ਦੇਖੀ ਵੀ ਜਿਹੜੇ ਅਸੀਂ ਘੁੰਮਣ ਫਿਰਨ ਦੀਆਂ ਫੋਟੋਆਂ ਅਲੱਗ ਮੈਂ ਬਣਾ ਕੇ ਲੈ ਕੇ ਗਿਆ ਸੀ. ਤੇ ਉਹਨਾਂ ਨੇ ਸਾਰੀਆਂ ਪਿਕਚਰਸ ਦੇਖ ਲਈਆਂ. ਫਿਰ ਐਂਡ ਪਰ ਜਦੋਂ ਸਾਰੀਆਂ ਦੇਖ ਲਈਆਂ
ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ 2000 ਕਿੰਨੇ ਦੇ ਵਿੱਚ ਮਿਲੇ 16 ਤੇ ਉਸ ਵੀ ਬਿਫੋਰ ਮੈਰਿਜ ਤੁਹਾਡੇ ਕੋਲ ਕਿਹੜੀਆਂ ਪਿਕਚਰਸ ਨੇ, ਮੈਨੂੰ ਦੱਸਿਆ ਵੀ ਫਸਟ 2 ਪੇਜਿਸ ਤੇ ਨੇ, ਤੇ ਉਹਨਾਂ ਨੇ ਉਹ ਵਾਲੀਆਂ ਪਿਕਚਰਸ ਪਿਛਲੀ ਜਿਹੜੀਆਂ ਹੁਣ ਰੀਸੈਂਟ ਪਿਕਚਰਸ ਨੇ ਉਹਨਾਂ ਨਾਲ ਮਿਲਾ ਕੇ ਦੇਖਿਆ ਵੀ ਇਹਨਾਂ ਦੇ ਫੇਸ ਕਿੰਨੇ ਚੇਂਜ ਨੇ, ਮਤਲਬ ਉਹਨਾਂ ਨੇ ਜਿਹੜੀ ਮੇਰੀ ਆਹ ਪਿਕਚਰ ਸੀਗੀਆਂ ਸਾਡੇ ਘੁੰਮਣ ਫਿਰਨ, ਉਹ 4 ਵਾਰ ਸਾਡੀਆਂ ਦੇਖੀ ਉਹਨੇ ਐਲਬਮ ਸਾਰੀ ਖੋਲ ਕੇ, 4 ਵਾਰ ਮੈਂ ਗਿਣੀ ਆ, 4 ਵਾਰ ਉਹਨਾਂ ਨੇ ਖੋਲ ਕੇ ਪ੍ਰੋਪਰ ਦੇਖੀ ਉਹ ਪਿਕਚਰਸ ਨੂੰ ਮਿਲਾ ਰਹੇ ਸੀ। ਤੇ ਚਲੋ ਫਿਰ ਉਹ ਆ ਗਏ, ਉਹਨਾਂ ਨੇ ਕਿਹਾ ਠੀਕ ਹੈ, ਦੁਬਈ ਬਾਰੇ ਮਾੜਾ ਮੋਟਾ ਉਹਨਾਂ ਨੇ ਪੁੱਛਿਆ ਵੀ ਦੁਬਈ ਗਏ ਸੀਗੇ, ਤੇ ਮੈਂ ਕਿਹਾ ਹਾਂਜੀ ਗਏ ਸੀਗੇ, ਕਿਉਂ ਗਏ ਸੀਗੇ, ਮੈਂ ਕਿਹਾ ਅਸੀਂ ਵੀ ਮੇਰਾ ਉੱਥੋਂ ਵੀਜ਼ਾ ਰਿਜੈਕਟ ਹੋ ਗਿਆ ਸੀ ਵੀ ਅਸੀਂ ਇੱਕ ਦੂਜੇ ਨੂੰ ਮਿਸ ਕਰਦੇ ਸੀ ਵੀ ਅਸੀਂ ਦੁਬਈ ਗਏ ਸੀਗੇ ਘੁੰਮਣ, ਤੇ ਉਹਨਾਂ ਨੇ ਮੈਥੋਂ ਹੋਟਲ ਦਾ ਨਾਮ ਪੁੱਛਿਆ, ਕਦੋਂ ਗਏ ਸੀ, ਡੇਟਸ ਪੁੱਛੀਆਂ, ਤੇ ਏਦਾਂ ਪੁੱਛਿਆ ਵੀ ਵਾਈਫ ਤੁਹਾਡੀ ਦੁਬਈ ਤੋਂ ਆਈ ਸੀ ਸਟੇਟ, ਤੇ ਸਟੇਟ ਕੈਨੇਡਾ ਨੂੰ ਕਿਉਂ ਮੁੜ ਚਲੇਗੀ, ਤੇ ਉਹਨਾਂ ਨੂੰ ਦੱਸਤਾ ਮੈਂ ਕਲਾਸਿਸ ਸਟਾਰਟ ਸੀ ਵੀ ਸਟ੍ਰੇਟ ਆਈ ਸੀ, ਤੇ ਉਹਨਾਂ ਨੇ ਮੇਰੇ ਤੋਂ ਏਅਰਲਾਈਨ ਦਾ ਨਾਮ ਪੁੱਛਿਆ ਉਹ ਵੀ ਮੈਨੂੰ ਪਤਾ ਸੀ ਮੈਂ ਦੱਸਤਾ, ਤੇ ਉਹਨਾਂ ਨੇ ਮੇਰੇ ਤੋਂ ਹੋਟਲ ਦਾ ਨਾਮ ਪੁੱਛਿਆ ਤੇ ਹੋਟਲ ਦਾ ਐਡਰੈਸ ਵੀ ਪੁੱਛਿਆ, ਮਤਲਬ ਉਹ ਪਹਿਲਾਂ ਹੋਟਲ ਦਾ ਨਾਮ ਜਦੋਂ ਪੁੱਛਿਆ ਉਹ ਕਹਿੰਦੇ ਤੁਹਾਨੂੰ ਕੋਈ ਆਈਡੀਆ ਹੈ ਵੀ ਇਹ ਕਿੱਥੇ ਆ, ਮੈਂ ਦੱਸਤਾ ਸੀਗਾ ਵੀ ਕਿਹੜਾ ਰੋਡ ਆ ਦੁਬਈ ਦਾ, ਤੇ ਉਹ ਮੈਂ ਦੱਸਤਾ, ਚਲੋ ਉਹ ਉਸ ਤੋਂ ਬਾਅਦ ਉਹਨਾਂ ਨੇ ਕੋਈ ਕੁਐਸਚਨ ਕੀਤਾ ਦੁਬਈ ਵੱਲੋਂ, ਉਹ ਸੈਟਿਸਫਾਈਡ ਹੋ ਗਏ, ਤੇ ਨਾ ਉਹਨਾਂ ਨੇ ਕੋਈ ਪੇਪਰ ਵਗੈਰਾ ਦੇਖਿਆ ਦੁਬਈ ਦਾ ਫਿਰ ਉਸ ਤੋਂ ਬਾਅਦ। ਤੇ ਉਸ ਤੋਂ ਬਾਅਦ ਉਹ ਆ ਗਏ ਕਹਿੰਦੇ ਵਿਆਹ ਦੀ ਐਲਬਮ ਦਿਓ, ਤੇ ਵਿਆਹ ਦੀ ਐਲਬਮ ਉਹਨਾਂ ਨੇ ਇੱਕ ਵਾਰ ਆਪਣੀ ਗੋ ਥਰੂ ਜੀ ਕਰ ਲਈ ਸਾਰੀ ਦੇਖ ਲਈ, ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਵੱਲੀ ਨੂੰ ਐ ਟੇਢੀ ਕਰਕੇ ਉਹਦੇ ਵਿੱਚ ਪੁੱਛਣ ਲੱਗ ਗਏ ਵੀ ਆਹ ਬੰਦਾ ਕੌਣ ਹੈ। ਤੇ ਜਿਹੜੇ ਮੇਰੇ ਮਤਲਬ ਵਾਈਫ ਦੇ ਮਦਰ ਸੀਗੇ ਉਹਨਾਂ ਨੇ ਉਹਨਾਂ ਦੀ ਫੋਟੋ ਦੇਖ ਲਈ ਇੱਕ ਵਾਰ, ਮਤਲਬ ਉਹਨਾਂ ਨੂੰ ਕਰ ਲਿਆ ਮਾਇੰਡ ਦੇ ਵਿੱਚ ਵੀ ਮੈਂ ਪਹਿਲਾਂ ਜਦੋਂ ਪਹਿਲੀ ਵਾਰ ਉਹਨਾਂ ਨੂੰ ਦੱਸਿਆ ਵੀ ਇਹ ਮੇਰੀ ਵਾਈਫ ਦੇ ਮਦਰ ਨੇ, ਤਾਂ ਉਹਨਾਂ ਨੇ ਮਾਇੰਡ 'ਚ ਬਿਠਾ ਲਿਆ ਵੀ ਇਹ ਨੇ, ਤੇ ਉਹਨਾਂ ਨੇ ਉਹਨਾਂ ਦੀ ਉਹ ਪਿਕਚਰ 4 ਪਿਕਚਰਸ ਅੱਗੇ ਆਈਆਂ ਉਹਨਾਂ ਦੀਆਂ ਜਾਣ ਜਾਣ ਕੇ ਜਲਦੀ ਜਲਦੀ, ਉਹਨਾਂ ਵੀ ਇਹ ਕੌਣ ਨੇ ਇਹ ਕੌਣ ਨੇ ਵੀ ਮੈਂ ਗਲਤ ਦੱਸਦਾ ਤੇ ਉਹ ਮੈਨੂੰ ਫੜਨ, ਮੈਨੂੰ ਕਨਫਿਊਜ਼ ਕਰ ਰਹੇ ਸੀ, ਉਹਨਾਂ ਦੀ ਉਹ ਪਿਕਚਰ 4 ਪਿਕਚਰਸ ਅਲੱਗ ਅਲੱਗ ਆਈਆਂ, ਤੇ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਨੇ, ਤੇ ਇੱਕ ਮੇਰੀ ਸਿਸਟਰ ਬਾਰੇ ਪੁੱਛਿਆ ਤੇ ਵੀ ਇਹ ਕੌਣ ਨੇ, ਤੇ ਇੱਕ ਮੇਰੇ ਰਿਲੇਟਿਵਸ ਬਾਰੇ ਪੁੱਛਿਆ। ਤੇ ਉਸ ਤੋਂ ਬਾਅਦ ਕਹਿੰਦੇ ਓਕੇ, ਕਹਿੰਦੇ ਵੀ ਜਿਹੜੀ ਤੇ ਲਵ ਮੈਰਿਜ ਕਰਵਾਈ ਹੈ ਵੀ ਇਹਦੇ ਵਿੱਚ ਵੀ ਸਾਰੇ ਆਏ ਸੀਗੇ ਰਾਜੀ ਸੀਗੇ ਵੀ ਉਹਦੇ ਮਦਰ ਫਾਦਰ ਸਾਰੇ ਬ੍ਰਦਰ, ਮੈਂ ਉਹਨਾਂ ਨੂੰ ਦੱਸਤਾ ਵੀ ਬ੍ਰਦਰ ਨਹੀਂ ਸੀਗੇ, ਤੇ ਉਹਨਾਂ ਨੇ ਕਾਰਨ ਪੁੱਛਿਆ ਉਹ ਵੀ ਮੈਂ ਦੱਸ ਦਿੱਤਾ ਸੀ ਵੀ ਕਿਉਂ ਨੀ ਰਾਜੀ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਫਾਦਰ ਮਦਰ ਸੀਗੇ ਜਿਹੜੇ ਉਹ ਤਾਂ ਆਏ ਸੀਗੇ ਵੀ ਦੋਨਾਂ ਸਾਈਡ ਤੋਂ ਮਦਰ ਫਾਦਰ, ਉਹਨਾਂ ਨੂੰ ਮੈਂ ਦੱਸਤਾ ਵੀ ਮੇਰੇ ਫਾਦਰ ਐਕਸਪਾਇਰ ਨੇ ਤੇ ਹੁਣ ਉਧਰੋਂ ਮਤਲਬ ਆਏ ਸੀਗੇ, ਸਾਰਾ ਦੱਸਤਾ। ਫਿਰ ਉਹਨਾਂ ਨੇ ਪੁੱਛਿਆ ਵੀ ਜਿਹੜੀ ਜਿਹੜੀ ਹੋਇਆ ਜਿੱਥੇ ਉਹ ਸਿਟੀ ਮੇਨ ਜਿੱਥੇ ਤੁਹਾਡਾ ਸਾਰਾ ਹੋਇਆ ਵਿਆਹ, ਤੇ ਉਹ ਉਹਦਾ ਨਾਮ ਪੁੱਛਿਆ ਉਹ ਵੀ ਦੱਸਤਾ ਮੈਂ, ਤੇ ਉਹ ਪੁੱਛਿਆ ਵੀ ਕਿੰਨੇ ਕਿਲੋਮੀਟਰ ਹੈ ਉਹ। ਅੱਛਾ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਫਿਰ ਐਲਬਮ ਦੇਖੀ, ਇੱਕ ਦੋ ਹੋਰ ਪੁੱਛੇ ਕੁਐਸਚਨ ਤੇ ਬੰਦਿਆਂ ਬਾਰੇ ਪੁੱਛਿਆ ਵੀ ਕੌਣ ਨੇ, ਤੇ ਉਹ ਮੈਂ ਦੱਸੇ ਜਦੋਂ, ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਕਿੰਨੇ ਬੰਦੇ ਆਏ ਸੀਗੇ, ਮੈਂ ਉਹਨਾਂ ਨੂੰ ਕਿਹਾ 70, ਉਹਨਾਂ ਨੇ ਸਮਝਿਆ ਵੀ 17, ਫਿਰ ਮੈਂ ਉਹਨਾਂ ਨੂੰ ਦੱਸਿਆ ਵੀ 70, ਤੇ ਉਹਨਾਂ ਨੇ ਚਲੋ ਓਕੇ ਕਰਤਾ ਏ। ਤੇ ਫਿਰ ਫਿਰ ਉਹ ਆਸਟ੍ਰੇਲੀਆ ਬਾਰੇ ਫਿਰ ਉਹ ਕਹਿੰਦੇ ਵੀ ਆਪਣਾ ਉਹ ਦਿਖਾਓ ਡਿਪਲੋਮਾ, ਉਹਨਾਂ ਨੇ ਚੰਗੀ ਤਰ੍ਹਾਂ ਦੇਖਿਆ ਡਿਪਲੋਮਾ ਮੇਰਾ ਐਨ ਪ੍ਰੋਪਰ, ਤੇ ਦੇਖ ਦੂਖ ਕੇ ਉਹਨਾਂ ਨੇ ਮੈਨੂੰ ਚਲੋ, ਫਿਰ ਉਹਨਾਂ ਨੇ ਮੈਨੂੰ ਏਦਾਂ ਪੁੱਛ ਲਿਆ ਵੀ ਡਿਡ ਯੂ ਡਨ ਯੂਰ ਮੈਡੀਕਲ, ਫਿਰ ਮੈਨੂੰ ਲੱਗਿਆ ਵੀ ਚਲੋ ਪੋਜ਼ਿਟਿਵ ਹੈ ਹੁਣ ਤਾਂ ਕੰਮ, ਤੇ ਫਿਰ ਮੈਂ ਕਿਹਾ ਨੂੰ, ਤੇ ਫਿਰ ਚਲੋ ਉਹਨਾਂ ਨੇ ਫਿਰ ਇੱਕ ਲਿਖੀ ਗਏ ਉਹ ਮਤਲਬ ਡੇਟ ਆਪਣੇ ਜੋ ਵੀ ਆ, ਉਹਨਾਂ ਨੇ ਕੰਪਿਊਟਰ ਦੇ ਵਿੱਚ ਮਤਲਬ ਉਹਨਾਂ ਦੇ ਜਿਹੜਾ ਮਿਰਰ ਲੱਗਿਆ ਸੀ ਉਹਦੇ ਵਿੱਚ ਮੈਨੂੰ ਦਿਖ ਰਿਹਾ ਸੀ ਵੀ ਕੁਛ ਓਪਨ ਕਰ ਰਹੇ ਨੇ, ਮੈਂ ਦੇਖੀ ਜਾ ਰਿਹਾ ਸੀ, ਜਦੋਂ ਉਹਨਾਂ ਨੇ ਮੇਰੇ ਵੱਲ ਦੇਖਿਆ ਮਤਲਬ ਮੈਂ ਥੱਲੇ ਮਤਲਬ ਫੇਸ ਕਰ ਲਿਆ, ਤੇ ਉਹ ਕੁਛ ਓਪਨ ਕਰ ਰਹੇ ਸੀ, ਚਲੋ ਉਹਨਾਂ ਨੇ ਓਪਨ ਵਗੈਰਾ ਕੀਤਾ, ਤੇ ਚਲੋ ਉਹਨਾਂ ਨੂੰ 5 ਮਿੰਟ ਸਾਨੂੰ ਬਿਠਾਇਆ, ਫਿਰ ਉਦੋਂ ਬਾਅਦ ਉਹਨਾਂ ਨੇ ਕਹਿਤਾ ਸੀ ਵੀ ਤੁਹਾਡੀ ਇੰਟਰਵਿਊ ਆ ਜਿਹੜੀ ਓਵਰ ਹੈ ਤੇ ਤੁਸੀਂ ਜਾ ਸਕਦੇ ਹੋ, ਮਤਲਬ ਉਹਨਾਂ ਨੇ 30 ਮਿੰਟਸ ਤਾਂ 25 to 30 ਮਿੰਟਸ ਮੇਰੀ ਇੰਟਰਵਿਊ ਲਈ, ਤੇ ਉਹਨਾਂ ਨੇ ਮੈਨੂੰ ਬਹੁਤ ਕਨਫਿਊਜ਼ ਕੀਤਾ ਵੀ ਮਤਲਬ ਕਦੇ ਕੋਈ ਕੁਐਸਚਨ, ਕਦੇ ਆਸਟ੍ਰੇਲੀਆ, ਕਦੇ ਵਿਜ਼ਟਰ ਵੀਜ਼ਾ, ਕਦੇ ਮੈਰਿਜ ਦੀ ਡੇਟ, ਮਤਲਬ ਇਮੀਡੀਏਟਲੀ ਉਹ ਪੁੱਛ ਲੈਂਦੇ ਸੀ, ਕਦੇ ਫਿਰ ਕਹਿ ਦਿੰਦੇ ਸੀ ਵੀ, ਕਦੇ ਐਲਬਮ ਦੇ ਬਾਰੇ ਪੁੱਛਣ ਲੱਗ ਜਾਂਦੇ ਸੀ ਵੀ ਜਿਹੜੀ ਆਹ ਵਾਲੀ ਐਲਬਮ ਆ ਇਹ ਕਿਹੜੀ ਹੈ ਤੇ ਆਹ ਵਾਲੀ ਕਿਹੜੀ ਵਿਆਹ ਵਾਲੀ ਹੈ, ਏਦਾਂ ਬਹੁਤ ਹੋਰੇ ਤਰ੍ਹਾਂ ਦੇ ਕੁਐਸਚਨ ਕਰ ਕਰ ਮੈਨੂੰ ਕਨਫਿਊਜ਼ ਵੀ ਕੀਤਾ ਉਹਨਾਂ ਨੇ ਕਈ ਵਾਰ, ਬਟ ਮੈਂ ਦੱਸ ਦਿੰਦਾ ਸੀਗਾ ਇਮੀਡੀਏਟਲੀ ਉਹਨਾਂ ਦਾ ਆਨਸਰ ਦੇ ਕੇ, ਉਹਨਾਂ ਨੂੰ ਓਕੇ ਲੱਗਿਆ ਵੀ ਹਾਂ ਠੀਕ ਹੈ ਵੀ ਸਭ ਕੁਛ ਦੱਸ।
एट द एंड उन्होंने फिर लास्ट की क्या मेडिकल कराओ या की फिर आखिर च भी की है कंक्लूजन की निकला फिर ਇੰਨਾ ਹੀ ਗਿਆ ਡਿਡ ਯੂ ਡਨ ਯੂ ਮੈਡੀਕਲ ਮੈਂ ਕਿਹਾ ਨੂੰ ਤੇ ਉਹ ਅੱਛਾ ਕਹਿੰਦੇ ਵੀ ਓਕੇ ਕਹਿੰਦੇ ਓਕੇ ਫਿਰ 5 ਮਿੰਟ ਉਹਨਾਂ ਨੇ ਲਏ ਕੁਛ ਟਾਈਪ ਵਗੈਰਾ ਕੀਤਾ ਤੇ ਮੈਨੂੰ ਕਹਿੰਦੇ ਇੰਟਰਵਿਊਟਰ ਨੂੰ ਉਹਨਾਂ ਨੇ ਕਹਿਤਾ ਵੀ ਇੰਟਰਵਿਊ ਇਜ਼ ਓਵਰ ਤੇ ਉਹਨਾਂ ਨੇ ਪੁੱਛ ਲਿਆ ਵੀ ਹੁਣ ਕੀ ਕਰਨਾ ਪਊ ਉਹ ਮੈਨੂੰ ਕਹਿੰਦੇ ਮੇਰੇ ਵੱਲ ਦੇਖ ਕੇ ਕਹਿੰਦੇ ਤੁਸੀਂ ਆਪਣਾ GIGC ਅਕਾਊਂਟ ਹੁੰਦਾ ਜੋ ਉਹ ਦੇਖ ਲਿਓ ਯਾ ਤੇ ਸਟੈਪਸ ਨੂੰ ਫੋਲੋ ਕਰ ਲਿਓ ਯਾ ਤੇ ਜਿਹੜੇ ਆ ਗਏ ਸੀ ਮੈਡੀਕਲ ਮੈਡੀਕਲ ਰਿਕੁਐਸਟ ਤੁਹਾਨੂੰ ਆਏਗੀ ਜੇ ਹੁਣ ਤੱਕ ਨਹੀਂ ਆਈ ਤੇ ਆਏਗੀ ਸੋ ਨਹੀਂ ਮੈਂ ਆ ਗਈ ਸੀਗੀ ਜਦੇ ਉਹ ਆ ਸਰ ਗਈ ਅੱਛਾ ਗੁੱਡ ਟਾਈਮ ਗੁੱਡ ਕਰਵਾ ਸੋ ਵੀ ਦਿੱਤਾ ਮੈਂ ਤਾਂ ਮੈਡੀਕਲ ਵੀ ਕਰਾਤਾ ਬਸ ਹੁਣ ਵਿਦਿਨ ਆਈ ਥਿੰਕ 3 to 4 days ਹੋਪਫੁਲੀ ਉਹ ਸਿਸਟਮ ਅਪਡੇਟ ਹੋ ਜਾਏਗਾ ਜਦ ਅਪਡੇਟ ਹੋ ਜਾਏਗਾ ਸੋ ਇਫ ਦ ਮੈਡੀਕਲ ਇਜ਼ ਪਾਸਡ ਅਦਰ ਉਹਦੇ ਵਿੱਚ ਕੋਈ ਮੈਡੀਕਲ ਪ੍ਰੋਬਲਮ ਨਹੀਂ ਨਿਕਲਦੀ ਸੋ ਦੇ ਵਿਲ ਇਸ਼ੂ ਯੂ ਪਾਸਪੋਰਟ ਰਿਕੁਐਸਟ ਅਤੇ ਦੈਟ ਮੀਨਸ ਕਿ ਵੀਜ਼ਾ ਤਿਆਰ ਹੈ ਵੀਜ਼ਾ ਤੁਸੀਂ ਸਟੈਂਪਿੰਗ ਕਰਾਓ ਅਤੇ ਫਿਰ ਆਪਣੀ ਆਪਣੀ ਬੁਕਿੰਗ ਕਰਾਓ ਟਿਕਟ ਟਿਕਟ ਦੀ ਹਾਂਜੀ ਹਾਂਜੀ ਪਰ ਤੁਸੀਂ ਇਹ ਦੇਖ ਲਓ ਕਿ ਅੱਜ ਤੋਂ 2 ਸਾਲ ਪਹਿਲਾਂ ਜਾਂ 2.5 ਸਾਲ ਪਹਿਲਾਂ ਤੱਕ ਇਸ ਤਰ੍ਹਾਂ ਦੇ ਇੰਟਰਵਿਊ ਕਦੇ ਹੁੰਦੇ ਵੀ ਨਹੀਂ ਸੀ ਇੰਨੀ ਡੂੰਘਾਈ ਤੱਕ ਉਹ ਜਾਂਦੇ ਵੀ ਨਹੀਂ ਸੀ ਅਤੇ ਬਹੁਤ ਹੀ ਛੋਟੀ ਛੋਟੀ ਗੱਲਾਂ ਸਿਰਫ ਮੈਰਿਜ ਸਰਟੀਫਿਕੇਟ ਦੇਖ ਕਰ ਬਸ ਉਹ ਕਹਿੰਦੇ ਕਿ ਹਾਂ ਵੀ ਹਾਂਜੀ ਹਾਂਜੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਦੇਖੋ ਤੁਸੀਂ ਮੇਰੇ ਖਿਆਲ ਹਰੇਕ ਸਟੂਡੈਂਟ ਦਾ ਇੱਕ ਸਪਾਊਸ ਵੀਜ਼ਾ ਚੱਲ ਰਿਹਾ ਸ਼ਾਇਦ ਹਾਂਜੀ ਹਾਂਜੀ ਇਹ ਹਾਂਜੀ ਕਿਉਂਕਿ ਉਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀਜ਼ਾ ਅਫਸਰ ਨੂੰ ਕਿ ਵੀ ਇਹ ਜੈਨੂਇਨ ਮੈਰਿਜ ਹੈ ਕਿ ਨੋਨ ਜੈਨੂਇਨ ਹੈ ਗੈਸਟ ਕਿੰਨੇ ਆਏ ਨਹੀਂ ਆਏ ਫੋਟੋਗ੍ਰਾਫਸ ਵੀਜ਼ਾ ਕਦੋਂ ਲੱਗਿਆ ਮੈਰਿਜ ਕਿੰਨੀ ਪੁਰਾਣੀ ਹੈ ਵਗੈਰਾ ਵਗੈਰਾ ਜਿਸ ਤਰ੍ਹਾਂ ਕਿ ਤੁਸੀਂ ਦੇਖੋ ਸਵਾਲ ਜਿਹੜੇ ਤੁਹਾਡੇ ਤੋਂ ਪੁੱਛ ਗਏ ਕਿ ਵੀ ਉਹ ਘਰ ਤੋਂ ਕਿੰਨੀ ਦੂਰ ਹੈ ਉਹ ਮੈਰਿਜ ਪੈਲੇਸ ਜਾਂ ਵੈਨਿਊ ਕਿੰਨੀ ਦੂਰ ਹਾਂਜੀ ਹੋਇਆ ਹਾਂਜੀ ਤੁਹਾਡੇ ਘਰ ਤੋਂ ਕਿੰਨੀ ਦੂਰ ਹੈ ਲੜਕੀ ਦੇ ਕਿੰਨੀ ਦੂਰ ਹੈ ਇਸੇ ਤਰੀਕੇ ਨਾਲ ਉਹ ਕ੍ਰੋਸ ਚੈੱਕ ਕਰਕੇ ਇੱਕ ਜੋ ਵੀ ਉਹਨਾਂ ਨੇ ਪੈਰਾਮੀਟਰਸ ਬਣਾਏ ਹੈ ਜੈਨੂਇਨਨੈਸ ਆਫ ਮੈਰਿਜ ਦੇ ਉਹਦੇ ਹਿਸਾਬ ਨਾਲ ਉਹਨਾਂ ਨੇ ਠੁੱਕ ਪਜਾ ਕੇ ਵੀਜ਼ਾ ਦੇਣਾ ਹੈ ਇਸ ਤਰ੍ਹਾਂ ਨਹੀਂ ਦੇਣਾ ਕਿ ਹਰ ਇੱਕ ਨੂੰ ਵੀਜ਼ਾ ਦੇਤਾ ਸੋ ਪਰ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਤੁਹਾਡਾ ਇੰਟਰਵਿਊ ਆਇਆ ਸੀ ਮੇਰੇ ਖਿਆਲ 1 ਮਹੀਨਾ ਪਹਿਲਾਂ ਇੰਟਰਵਿਊ ਲੈਟਰ ਆਏ ਸੀ ਤੁਸੀਂ ਉਸ ਚੀਜ਼ ਨੂੰ ਸਮਝਿਆ ਤੁਸੀਂ ਇਹ ਵੀ ਤੁਸੀਂ ਇਹ ਵੀ ਇਹ ਵੀ ਤੁਸੀਂ ਮਹਿਸੂਸ ਕੀਤਾ ਕਿ ਬਈ ਸਾਨੂੰ ਪ੍ਰੈਕਟਿਸ ਦੀ ਲੋੜ ਹੈ ਹਾਂਜੀ ਬਗੈਰ ਹਾਂਜੀ ਬਗੈਰ ਪ੍ਰੈਕਟਿਸ ਦੇ ਬਗੈਰ ਥੋੜ੍ਹਾ ਜਿਹਾ ਟ੍ਰੇਨਿੰਗ ਦੇ ਜਿਸ ਤਰ੍ਹਾਂ ਟਿਊਟੋਰੀਅਲ ਹੁੰਦਾ ਜਿਸ ਤਰ੍ਹਾਂ ਟਿਊਸ਼ਨ ਪੜ੍ਹਦੇ ਹਾਂ ਆਪਾਂ ਬਗੈਰ ਪ੍ਰੈਕਟਿਸ ਦੇ ਇਹ ਕੰਮ ਈਜ਼ੀ ਨਹੀਂ ਸੀ ਇਹ ਵਾਟ ਯੂ ਥਿੰਕ ਜੋ ਵੀ ਤੁਹਾਡੇ 3-4 ਵਾਰ ਤੁਹਾਡੀ ਜਿਹੜੀ ਫੋਨ ਤੇ ਪ੍ਰੈਕਟਿਸ ਹੋਈ ਹੈ ਸੁਖਮਨ ਨਾਲ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਕਿ ਬਈ ਕੀ ਹਾਂਜੀ ਕੁਝ ਹਾਂਜੀ ਹੈ ਕੁਝ ਉਹ ਫਾਇਦਾ ਮੈਨੂੰ ਇਹ ਫਾਇਦਾ ਹੋਇਆ ਤੇ ਜਿਹੜਾ ਤੁਸੀਂ ਮੇਰੇ ਤੋਂ ਕੁਐਸਚਨ ਪੁੱਛਿਆ ਸੀ ਵੀ ਫੰਡ ਬਾਰੇ ਉਹ ਵੀ ਮੈਨੂੰ ਕੀਤਾ ਮੈਂ ਹੁਣ ਦੱਸ ਰਿਹਾ ਤੁਹਾਨੂੰ ਮੈਨੂੰ ਯਾਦ ਆ ਗਿਆ ਤੇ ਉਹ ਮੈਨੂੰ ਕਹਿੰਦੇ ਵੀ ਤੁਹਾਡਾ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਨੇ ਮੈਂ ਉਹਨਾਂ ਨੂੰ ਦੱਸਤਾ ਉਹਨੇ ਪੈਸੇ ਨੇ ਕਹਿੰਦੇ ਕੋਈ ਪ੍ਰੂਫ ਮੈਂ ਕਿਹਾ ਵੀ ਪਾਸਬੁੱਕ ਦਿਖਾਓ ਮੈਨੂੰ ਕਹਿੰਦੇ ਮੇਰੇ ਕੋਲ ਹੈ ਨਹੀਂ ਸੀ ਸਰ ਤੇ ਮੈਂ ਕਹਿਤਾ ਵੀ ਹੈ ਨਹੀਂ ਮੇਰੇ ਕੋਲ ਤੇ ਕਹਿੰਦੇ ਓਕੇ ਕਹਿੰਦੇ ਮੈਂ ਕਿਹਾ ਫਾਈਲ ਦੇ ਵਿੱਚ ਲੱਗੀ ਹੋਇਆ ਪ੍ਰੂਫ ਕਹਿੰਦੇ ਉਹ ਵਾਲਾ ਫਿਰ ਪ੍ਰੂਫ ਆਫ ਬੈਲੈਂਸ ਦਿਖਾ ਦੇ ਕਹਿੰਦੇ ਉਹ ਮੈਂ ਕਿਹਾ ਉਹ ਵੀ ਨਹੀਂ ਹੈਗਾ ਵੀ ਫਾਈਲ ਦੇ ਵਿੱਚ ਅਟੈਚ ਹੈ ਤੇ ਫਿਰ ਉਹਨਾਂ ਨੇ ਮੇਰੇ ਤੋਂ ਬਸ ਬੈਂਕ ਦਾ ਨਾਮ ਪੁੱਛਿਆ ਸੀਗਾ ਜ਼ਰੂਰ ਤੇ ਇਦਾਂ ਪੁੱਛਿਆ ਵੀ ਜੁਆਇੰਟ ਅਕਾਊਂਟ ਹੈ ਫਿਰ ਉਹਨਾਂ ਨੇ ਓਕੇ ਕਰਤਾ ਸੀ ਮਤਲਬ ਪਾਸਬੁੱਕ ਜ਼ਰੂਰ ਪੁੱਛੀ ਸੀ ਵੀ ਲਿਆਓ ਬੈਂਕ ਸਟੇਟਮੈਂਟ ਦਿਓ ਬਟ ਮੇਰੇ ਕੋਲ ਹੈ ਨਹੀਂ ਸੀਗਾ ਮੈਂ ਨੋ ਕਹਿਤਾ ਦੇਖੋ ਆਹ ਵੀ ਚੀਜ਼ ਕਲੀਅਰ ਹੋ ਗਈ ਕਿ ਕਈ ਵਾਰ ਮੈਂ ਜਿਹੜੇ ਐਪਲੀਕੈਂਟਸ ਹੈ ਉਹਨਾਂ ਨੂੰ ਮੈਂ ਕਹਿੰਦਾ ਕਿ ਵੀ ਤੁਸੀਂ ਇਕੱਲੀ ਇਕੱਲੀ ਚੀਜ਼ ਲੈ ਕੇ ਜਾਓ ਇੰਟਰਵਿਊ ਦੇ ਜਿਸ ਤਰ੍ਹਾਂ ਤੁਹਾਨੂੰ ਪੁੱਛ ਲਿਆ ਕਿ ਬੈਂਕ ਸਟੇਟਮੈਂਟ ਦਿਖਾਓ ਫਲਾਣਾ ਦਿਖਾਓ ਇਹ ਦਿਖਾਓ ਮਤਲਬ ਉਹ ਐਕਸਪੈਕਟ ਕਰਦੇ ਹੈ ਕਿ ਵੀ ਤੁਹਾਡੇ ਕੋਲ ਹੈ ਚੀਜ਼ ਇਸ ਵਕਤ ਹਾਜ਼ਰ ਹੈ ਮਤਲਬ ਕਿ ਦਿਖਾਉਣ ਲਈ ਤੁਹਾਡੇ ਕੋਲ ਪ੍ਰੈਜ਼ੈਂਟ ਹੈ ਇਹ ਬਹਾਨਾ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਕਿ ਵੀ ਤੁਸੀਂ ਉਹਦੇ ਵਿੱਚ ਲੱਗੀ ਹੋਈ ਹੈ ਤੁਸੀਂ ਆਪ ਦੇਖ ਲਓ ਕਈ ਕਈ ਲੋਕ ਹੈ ਜਿਹੜੇ ਇੰਟਰਵਿਊ ਲਈ ਜਾਂਦੇ ਨਾ ਮਤਲਬ ਉਹ ਮੇਰੇ ਤੇ ਸਵਾਲ ਕਰਦੇ ਕਿ ਨਹੀਂ ਜੀ ਉਹ ਭਾਜੀ ਅਸੀਂ ਲਾ ਚੁੱਕੇ ਹਾਂ ਜੀ ਸਾਨੂੰ ਲਿਆਉਣ ਦੀ ਕੀ ਲੋੜ ਹੈ ਇਨਕਲੂਡਿੰਗ ਈਵਨ ਈਵਨ ਇਨਕਲੂਡਿੰਗ ਦ ਮੈਰਿਜ ਸਰਟੀਫਿਕੇਟ ਐਂਡ ਫੋਟੋਗ੍ਰਾਫਸ ਮੈਂ ਉਹਨਾਂ ਨੂੰ ਕਹਿੰਦਾ ਕਿ ਵੀ ਤੁਸੀਂ ਮੈਰਿਜ ਸਰਟੀਫਿਕੇਟ ਤੁਸੀਂ ਉਹਦੇ ਵਿੱਚ ਕਰ ਚੁੱਕੇ ਹੋ ਇਟਸ ਆਲਰੇਡੀ ਐਡਿਡ ਪਰ ਮੈਰਿਜ ਸਰਟੀਫਿਕੇਟ ਫਿਰ ਵੀ ਤੁਸੀਂ ਹੱਥ 'ਚ ਆਪਣੇ ਲਿਜਾਣਾ ਹੈ ਫੋਟੋਗ੍ਰਾਫਸ ਲਿਜਾਣੀ ਹੈ ਸਾਰੀ ਚੈਟਿੰਗ ਹਿਸਟਰੀ ਲਿਜਾਣੀ ਹੈ ਉਹ ਕਹਿੰਦੇ ਨਹੀਂ ਜੀ ਲੱਗੀ ਹੋਈ ਹੈ ਕੀ ਕਰਨਾ ਲੈ ਕੇ ਐਂਡ ਦੇ ਵਿਲ ਗੈਟ ਰਿਜੈਕਟਡ ਸੋ ਬਸ ਇਸ ਤਰ੍ਹਾਂ ਹੈ ਪ੍ਰੈਕਟਿਸ ਦਾ ਤੁਹਾਨੂੰ ਉਹਨਾਂ ਨੇ ਮੇਰੇ ਤੋਂ ਇੱਕ ਹੋਰ ਚੀਜ਼ ਵੀ ਪੁੱਛੀ ਸੀ ਤੇ ਫਿਰ ਐਂਡ ਦੇ ਵਿੱਚ ਇਹ ਵੀ ਪੁੱਛਿਆ ਸੀ ਤੇ ਵਾਈਫ ਕਿੱਥੇ ਕੰਮ ਕਰਦੇ ਨੇ ਤੇ ਉਹ ਜੋਬ ਲੈਟਰ ਸੀ ਜਿਹੜੇ ਮੇਰੇ ਕੋਲ ਪੁਰਾਣੀ ਸੀ ਤੇ ਉਹ ਕਹਿੰਦੇ ਕੋਈ ਪ੍ਰੂਫ ਵਗੈਰਾ ਹੈਗਾ ਮੈਂ ਦੱਸਿਆ ਜਦੋਂ ਮੈਂ ਕਿਹਾ ਮੇਰੇ ਕੋਲ 올ਡ ਹੈ ਵੀ ਜੋਬ ਲੈਟਰ ਹੈ ਜਿਹੜੀ ਤੇ ਉਹਨਾਂ ਨੇ ਓਕੇ ਕਰਤਾ ਸੀ ਕਹਿੰਦੇ ਉਹੀ ਦਿਖਾ ਦਿਓ ਤੇ ਓਕੇ ਕਹਿੰਦੇ ਓਕੇ ਵੀ ਉਹਨਾਂ ਨੂੰ ਲੱਗਿਆ ਵੀ ਕੁਛ ਤਾਂ ਹੈ ਚਾਹੇ 올ਡ ਹੈ ਵੀ ਕੁਛ ਤਾਂ ਪ੍ਰੂਫ ਤਾਂ ਹੈ ਤੇ ਉਹਨਾਂ ਨੂੰ ਠੀਕ ਲੱਗਿਆ ਵੀ ਇੱਕੇ ਮੇਰੇ ਕੋਲ ਹੈ ਨਹੀਂ ਸੀ ਡਾਕੂਮੈਂਟ ਜੋ ਪਾਸਬੁੱਕ ਸੀ ਬਾਕੀ ਮੇਰੇ ਕੋਲ ਸਾਰਾ ਕੁਛ ਸੀ ਤੇ ਪਰ ਮੈਨੂੰ ਇੱਕ ਗੱਲ ਸਰ ਬਹੁਤ ਅਜੀਬ ਲੱਗੀ ਵੀ ਮੇਰੇ ਕੋਲ ਨਾ 500 ਚੈਟ ਦਾ ਮੈਂ ਪੇਜ ਪ੍ਰਿੰਟ ਆਊਟ ਕਰਾ ਕੇ ਲੈ ਕੇ ਗਿਆ ਸੀ ਉਹਨਾਂ ਨੇ ਮੇਰੇ ਤੋਂ ਇੱਕ ਵਾਰ ਇਦਾਂ ਵੀ ਨਹੀਂ ਪੁੱਛਿਆ ਵੀ ਤੁਸੀਂ ਗੱਲ ਕਰਦੇ ਹੋ ਜਾਂ ਕਿਹਦੇ ਥਰੂ ਇੱਕ ਵਾਰ ਵੀ ਨਹੀਂ ਉਹਨਾਂ ਨੇ ਮੇਰੇ ਤੋਂ ਕੁਐਸਚਨ ਕੀਤਾ
ਬਸ ਉਹ ਬਾਕੀ ਬਾਕੀ ਸਵਾਲਾਂ ਤੋਂ ਪਤਾ ਲੱਗਿਆ ਕਿ ਗੱਲਬਾਤ ਇਹਨਾਂ ਦੀ ਚੱਲ ਰਹੀ ਹੈ, ਕਿਉਂਕਿ ਤੁਹਾਨੂੰ ਬਹੁਤਾ ਪਤਾ ਉਹਨਾਂ ਦੇ ਸ਼ਹਿਰ ਦੇ ਬਾਰੇ ਪਤਾ ਹੈ, ਜੋਬ ਦੇ ਬਾਰੇ ਪਤਾ ਹੈ, ਸਕੂਲ ਜੋ ਜਿੱਥੇ ਪੜ੍ਹ ਰਹੇ ਉਹਦੇ ਬਾਰੇ ਪਤਾ ਹੈ, ਸਾਰਾ ਕੁਛ ਪਤਾ ਹੈ, ਅਤੇ ਉਹ ਚੈਟ ਤੱਕ ਆਉਣ ਦੀ ਲੋੜ ਨਹੀਂ ਹੈ। ਚੈਟ 'ਤੇ ਫਿਰ ਉਹ ਫਿਰ ਇੱਕ ਰੀਕਨਫਰਮੇਸ਼ਨ ਤਾਂ ਹੁੰਦਾ ਕਿ ਵਾਕਈ ਉਹਦੇ ਵਿੱਚ ਸ਼ੋਅ ਕਰ ਰਿਹਾ ਨਹੀਂ ਕਰ ਰਿਹਾ ਡੇਟਸ ਕਿ ਨਹੀਂ, ਸੋ ਡਜ਼ਨਟ ਮੈਟਰ। ਪਰ ਚਲੋ ਕੰਗ੍ਰੈਚੁਲੇਸ਼ਨਸ ਤੁਹਾਨੂੰ, ਅਤੇ ਹੁਣ ਮੇਰੇ ਖਿਆਲ ਤੀਸਰੀ ਤਿੰਨ ਵਾਰ ਤੁਸੀਂ ਰਿਜੈਕਟ ਹੋ ਚੁੱਕੇ ਸੀ ਕੈਨੇਡਾ ਲਈ, ਪਹਿਲਾਂ 3 ਟਾਈਮਸ, ਹਾਂਜੀ ਹਾਂਜੀ ਹਾਂ, ਤੇ ਇੱਕ ਵਾਰ ਵਰਕ ਪਰਮਿਟ ਵੀ, ਸ਼ਾਇਦ ਟੂਰਿਸਟ ਵੀਜ਼ਾ ਵੀ ਤੇ ਵਰਕ ਪਰਮਿਟ ਵੀ ਇੱਕ ਵਾਰ। ਹਾਂਜੀ 2 ਟਾਈਮ, ਹਾਂਜੀ ਹਾਂਜੀ ਚਲੋ ਟੂਰਿਸਟ ਵੀਜ਼ਾ 1 ਟਾਈਮ। ਕਈ ਵਾਰ ਜਿਹੜੇ ਜਿਹੜੇ ਲੋਕ ਤੁਹਾਡੇ ਕੇਸ ਦੇ ਬਾਰੇ, ਜਿਹੜੇ ਆਸਟ੍ਰੇਲੀਆ ਤੋਂ ਜਿਹੜੇ ਬੈਠੇ ਆ ਇਸ ਵਕਤ, ਕਿਉਂਕਿ ਤੁਸੀਂ ਵੀ ਆਸਟ੍ਰੇਲੀਆ ਤੋਂ ਰਿਟਰਨ ਹੋ ਕੇ ਆਏ ਹੋ, ਉਹਨਾਂ ਲਈ ਤੁਹਾਡੇ ਲਈ ਕੀ ਮੈਸੇਜ ਹੈ? ਕਈ ਲੋਕ ਹੋਣਗੇ ਆਸਟ੍ਰੇਲੀਆ ਵੀ ਬਿਲਕੁਲ ਤੁਹਾਡੀ ਵਰਗੀ ਸਿਚੁਏਸ਼ਨ ਵਿੱਚ, ਜਿਹੜੇ ਮੈਰਿਜ ਕਰਾ ਰਹੇ ਹੈ, ਉਹਨਾਂ ਦੀ ਵਾਈਫ ਹੈ ਕੈਨੇਡਾ, ਉਹਨਾਂ ਲਈ ਤੁਹਾਡੇ ਲਈ ਕੀ ਕੀ ਮੈਸੇਜ ਹੈ ਖਾਸ, ਉਹ ਕੀ ਤਿਆਰੀ ਕਰ ਸਕਦੇ? ਸਰ ਮੇਰੀ ਇੱਦਾਂ ਹੀ ਹੈ ਵੀ ਮੈਸੇਜ ਵੀ ਜੋ ਆਪਣੀ ਸਟਾਫ ਵੀ ਉਹ ਕਰਕੇ ਆਉਣ, ਜੇ ਉਹਨਾਂ ਨੇ ਵਾਪਸ ਆ ਕੇ ਕੈਨੇਡਾ ਦਾ ਲਗਾਉਣਾ ਹੈ ਕੋਈ ਵੀ ਵੀਜ਼ਾ, ਤਾਂ ਜੋ ਸਟੱਡੀ ਵੀਜ਼ੇ ਲਈ ਤਾਂ ਚਲੋ ਸਟੱਡੀ ਪੂਰੀ ਕਰਨੀ ਹੋ ਪੈਂਦੀ ਹੈ, ਬਟ ਜੇ ਉਹ ਇੱਦਾਂ ਸੋਚ ਰਹੇ ਨੇ ਵੀ ਮੈਰਿਜ ਕਰਵਾ ਕੇ ਅਸੀਂ ਜਾਣਾ, ਤੇ ਉਹਦੇ ਲਈ ਵੀ ਇਸ਼ੂ ਬਣਦਾ, ਤੇ ਉਹ ਪੁੱਛਦੇ ਨੇ ਦੇਖਦੇ ਨੇ, ਜੇ ਮੇ ਬੀ ਮੈਂ ਉੱਥੇ ਨਾ ਆਪਣੀ ਸਟੱਡੀ ਕੰਪਲੀਟ ਕਰਕੇ ਆਇਆ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਇੱਦਾਂ ਵੀ ਇਹਦੀ ਉੱਥੇ ਸਟੱਡੀ ਤੋਂ ਬਣਿਆ ਨੀ ਕੁਛ, ਤਾਂ ਕਰਕੇ ਇਹ ਕੈਨੇਡਾ ਚੱਲਿਆ, ਕਿਉਂਕਿ ਮੇਰੇ ਕੋਲ ਸਰਟੀਫਿਕੇਟ ਹੈਗਾ ਸੀ ਉਹਦੇ ਤੇ, ਮੇਰੇ ਗ੍ਰੇਡ ਵੀ ਲੱਗੇ ਹੋਏ ਸੀ, ਸਭ ਕੁਛ ਸੀਗਾ, ਤੇ ਉਹਨਾਂ ਨੂੰ ਦੇਖ ਕੇ ਲੱਗਿਆ ਵੀ ਹਾਂ ਇਹ ਸੱਚੀ ਵੀ ਪੜ੍ਹਨੇ ਵਾਲਾ ਬੱਚਾ ਹੈ, ਤੇ ਇਹ ਵਾਪਿਸ ਆਇਆ ਸਿਰਫ ਇਸੇ ਕਰਕੇ ਵੀ ਇਹਨੇ ਆਪਣੀ ਵਾਈਫ ਕੋਲ ਜਾਣਾ, ਵੀ ਉਹਨਾਂ ਨੂੰ ਜੈਨੂਇਨ ਲੱਗਿਆ ਵੀ ਹਾਂ ਸੱਚੀ ਵੀ। ਜੇ ਮੇਰੇ ਕੋਲ ਨਾ ਹੁੰਦਾ ਸਰਟੀਫਿਕੇਟ ਤਾਂ ਮੇ ਬੀ ਮੈਨੂੰ ਨਹੀਂ ਦਿੰਦੇ, ਕਿਉਂਕਿ ਉਹਨਾਂ ਨੇ ਮੇਰਾ ਦੇਖਿਆ, ਬਿਲਕੁਲ ਦੇਖਿਆ, ਗ੍ਰੇਡ ਵੀ ਉਹਨਾਂ ਨੇ ਦੇਖੇ ਨੇ, 5 ਮਿੰਟ ਲਗਾਏ ਨੇ ਉਹਦੇ ਤੇ, ਦੇਖਿਆ ਸਭ ਕੁਝ ਦੇਖ ਕੇ ਉਹਨਾਂ ਨੇ ਮੈਨੂੰ ਦਿੱਤਾ। ਤੇ ਬਾਕੀ ਅਪੀਲ ਕਰਦੇ ਨਾ, ਕੀ ਕੁਛ ਖਾਸ ਨਾਮ ਹੈ ਆਸਟ੍ਰੇਲੀਆ ਦਾ, ਜਿਹੜੇ ਪੀ ਆਰ ਰਿਫਿਊਜ਼ ਹੋ ਕੇ ਅਪੀਲ ਕਰਦੇ ਆ, ਉਹ ਜਿਹੜੇ ਅਪਲਾਈ ਕਰ ਰਹੇ ਉਹਨਾਂ ਦਾ ਵੀਜ਼ਾ ਨਹੀਂ ਲੱਗਣਾ? MRT, ਜਿਹੜੇ MRT ਵਿੱਚ ਆ ਗਏ ਹੈ ਉਹਨਾਂ ਦਾ ਵੀਜ਼ਾ ਕੈਨੇਡਾ ਵਾਲੇ ਨਹੀਂ ਦਿੰਦੇ। ਤਾਂ ਹੀ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਵੀ PR ਤਾਂ ਨਹੀਂ ਅਪਲਾਈ ਕੀਤੀ, ਮੈਂ ਤਾਂ ਕੁਛ ਕੀਤਾ ਹੀ ਨਹੀਂ ਸੀ, ਮੈਂ ਤਾਂ ਆਪਣਾ ਜੋ ਮੇਰਾ ਫਸਟ ਸਟੂਡੈਂਟ ਵੀਜ਼ਾ ਲੱਗਿਆ ਸੀ ਉਹ ਵੀ ਮਤਲਬ ਮੈਂ 3 ਮਹੀਨੇ ਪਹਿਲਾਂ ਹੀ ਕੰਟਰੀ ਲੀਵ ਕਰਤੀ, ਉਹ ਵੀ ਮੇਰੇ ਤੋਂ ਪੁੱਛਿਆ ਵੀ ਹੁਣ ਤੇਰੇ ਕੋਲ ਵੀਜ਼ਾ ਤਾਂ ਨਹੀਂ ਆਸਟ੍ਰੇਲੀਆ ਦਾ, ਮੈਨੂੰ ਦੱਸਤਾ ਸੀਗਾ ਵੀ ਨਵੰਬਰ ਦੇ ਵਿੱਚ ਐਕਸਪਾਇਰ ਹੋ ਗਿਆ, ਤੇ ਉਹਨਾਂ ਨੂੰ ਮੈਂ ਦੱਸਿਆ ਸਭ ਕੁਛ, ਤੇ ਉਹਨਾਂ ਨੂੰ ਏਦਾਂ ਲੱਗਿਆ ਵੀ ਇਹ ਸੱਚੀ ਵੀ ਆਪਣੀ ਸਟੱਡੀ ਖਤਮ ਕਰਕੇ ਹੀ ਵਾਪਿਸ ਆਇਆ, ਤਾਂ ਕਰਕੇ ਉਹਨਾਂ ਨੇ, ਤੇ ਪਹਿਲਾਂ ਜਦੋਂ ਮੈਂ ਉੱਥੋਂ ਲਾਇਆ ਸੀ ਮੇਰਾ ਤਾਂ ਨਹੀਂ ਲੱਗਿਆ, ਮੇ ਬੀ ਮੇਰੇ ਟਾਈਸ ਨਹੀਂ ਬਣ ਰਹੇ ਸੀ, ਮੈਨੂੰ ਤਾਂ ਇੱਦਾਂ ਹੀ ਲੱਗਿਆ ਕਿਉਂਕਿ ਮੈਂ ਉੱਥੇ ਪਰਮਾਨੈਂਟ ਨਹੀਂ ਸੀਗਾ, ਤੇ ਮੈਂ ਆਪਣੀ ਕੰਟਰੀ ਛੱਡੀ ਨਹੀਂ ਸੀਗੀ, ਤੇ ਮੇ ਬੀ ਮਤਲਬ ਆਸਟ੍ਰੇਲੀਆ ਤੋਂ ਜਿਹੜੇ ਸਟ੍ਰੇਟ ਲਾਉਂਦੇ ਨੇ ਮੈਨੂੰ ਨਹੀਂ ਲੱਗਦਾ ਵੀ ਜੇ ਉਹ ਤਾਂ ਉਹ ਪਰਮਾਨੈਂਟ ਨੇ ਤਾਂ ਲੱਗ ਜਾਊਗਾ, ਜੇ ਇੱਦਾਂ ਸਟੂਡੈਂਟ ਵੀਜ਼ੇ ਤੇ ਨੇ ਮੈਨੂੰ ਲੱਗਦਾ ਨਹੀਂ ਵੀ ਟਾਈਸ ਕਰਕੇ ਉਹ ਰਿਜੈਕਟ ਕਰ ਦਿੰਦੇ ਨੇ, ਲੱਗਣਾ ਨਹੀਂ ਆਸਟ੍ਰੇਲੀਆ ਤੋਂ ਵੀਜ਼ਾ, ਸਟ੍ਰੇਟ ਨਹੀਂ ਹੁੰਦਾ ਕਿਉਂਕਿ ਆਪਣਾ ਹੀ ਟਾਈਸ ਨਹੀਂ ਬਣਦੇ ਹੈਗੇ, ਕਿਉਂਕਿ ਆਪਾਂ ਉਹ ਕੰਟਰੀ ਨਹੀਂ ਛੱਡੀ ਤਾਂ ਕੈਨੇਡਾ ਸੋਚਦੇ ਵੀ ਜਦੋਂ ਆਸਟ੍ਰੇਲੀਆ ਤੋਂ ਸਟ੍ਰੇਟ ਕਿਉਂ ਆਉਣਾ ਚਾਹੁੰਦਾ ਇੱਥੇ, ਮੇਰੀ ਤਾਂ ਇਹ ਥਿੰਕਿੰਗ ਹੈ ਜੋ ਮੇਰੇ ਨਾਲ ਹੋਇਆ ਕਿਉਂਕਿ ਮੇਰਾ ਰਿਜੈਕਟ ਹੋਇਆ। ਥੋੜਾ ਮੈਂ ਇੱਥੇ ਤੁਹਾਨੂੰ ਕੰਪੇਅਰ ਕਰਦਾ, ਇੱਕ ਜਿਸ ਤਰ੍ਹਾਂ ਤੁਸੀਂ ਆਸਟ੍ਰੇਲੀਆ ਤੋਂ ਮੁੜ ਕੇ ਇੰਡੀਆ ਆਏ ਫਿਰ ਅਪਲਾਈ ਕੀਤਾ, ਡੈਟ ਇਜ਼ ਵਨ ਸਿਚੁਏਸ਼ਨ। ਕੁਛ ਲੋਕ ਹੈ ਜਿਹੜੇ ਦੁਬਈ ਰਹਿ ਰਹੇ ਹੈ ਇਸ ਵਕਤ, ਉਹਨਾਂ ਦੇ ਹਸਬੈਂਡ ਵਾਈਫ ਕੈਨੇਡਾ ਹੈ ਤੇ ਹਸਬੈਂਡ ਦੁਬਈ ਰਹਿ ਰਹੇ ਆ, ਜਾਂ ਤੁਹਾਡੇ ਜਿਹੜੇ ਅਬੂਧਾਬੀ ਸਾਊਦੀ ਵਗੈਰਾ, ਉਹ ਉੱਥੇ ਨੌਕਰੀ ਕਰ ਰਹੇ ਹੈ। ਕਈ ਵਾਰ ਉਹ ਮੈਨੂੰ ਸਵਾਲ ਪੁੱਛਦੇ ਆ ਕਿ ਵੀ ਅਸੀਂ ਵੀਜ਼ਾ ਅਪਲਾਈ ਕਰਨਾ, ਕਿਉਂਕਿ ਉੱਥੇ ਲੌਂਗ ਇੱਕ ਵੇਟਿੰਗ ਟਾਈਮ ਹੈ, ਸ਼ਾਇਦ 6 ਮੰਥਸ ਜਾਂ 7 ਮੰਥਸ ਵੇਟਿੰਗ ਟਾਈਮ। ਉਹ ਮੇਰੇ ਖਿਆਲ ਇਹ ਉਹਨਾਂ ਦੇ ਮਨ 'ਚ ਇਹ ਵਿਚਾਰ ਹੈ ਕਿ ਬਈ ਹੁਣ ਆਪਾਂ ਇੰਡੀਆ ਨੌਕਰੀ ਛੱਡ ਦਈਏ, ਇੰਡੀਆ ਆ ਕੇ ਕਰ ਲਈਏ ਤੇ ਇੰਡੀਆ 'ਚ ਸ਼ਾਇਦ ਵੀਜ਼ਾ, ਉਹਨਾਂ ਦਾ ਵੀ ਵੀਜ਼ਾ ਲੱਗਿਆ ਨਹੀਂ ਕਿਉਂਕਿ ਇੰਡੀਆ ਆ ਕੇ ਉਹਨਾਂ ਕੋਲ ਕੋਈ ਜੋਬ ਨਹੀਂ ਰਹੀ, ਨਾ ਉਹਨਾਂ ਦੀ ਕੋਈ ਇਸਟੈਬਲਿਸ਼ਮੈਂਟ ਹੈ, ਨਾ ਉਹਨਾਂ ਦੀ ਕੋਈ ਬੈਂਕ ਸਟੇਟਮੈਂਟ ਪੇਸਡ ਅਪ ਨਹੀਂ ਹੈ। ਫਿਰ ਵੀ ਉਹਨਾਂ ਦਾ ਜੈਨੂਇਨ ਮੈਰਿਜ ਹੋ ਸਕਦੀ ਹੈ, ਲੇਕਿਨ ਤੁਹਾਡੀ ਇਸਟੈਬਲਿਸ਼ਮੈਂਟ ਇੰਡੀਆ ਨਹੀਂ ਹੈ, ਇਸ ਕਰਕੇ ਉਹਨਾਂ ਦਾ ਵੀਜ਼ਾ ਵੀ ਨਹੀਂ ਲੱਗਿਆ। ਸੋ ਉਹਨਾਂ ਲਈ ਮੈਂ ਰਿਕਮੈਂਡ ਕੀਤਾ ਕਿ ਤੁਸੀਂ ਦੁਬਈ ਤੋਂ ਕਰੋ, ਇੰਡੀਆ ਨਾ ਆਓ। ਬਟ ਮੇਰੀ ਵਾਈਫ ਦੀ ਫਰੈਂਡ ਸੀਗੀ, ਉਹਨਾਂ ਦਾ 2 ਟਾਈਮ ਦੁਬਈ ਤੋਂ ਰਿਜੈਕਟ ਹੋ ਗਿਆ। ਨਹੀਂ ਪਰ ਉਹ ਦੈਟ ਮੇ ਬੀ ਅ ਡਿਫਰੈਂਟ ਫੈਕਟਰ, ਰਿਜੈਕਸ਼ਨ ਦੇ ਕਈ ਫੈਕਟਰ ਹੋ ਸਕਦੇ ਹੈ, ਪਰ ਇੱਕ ਇਸਟੈਬਲਿਸ਼ਮੈਂਟ ਜਾਂ ਪਰੂਫ ਆਫ ਇਨਕਮ ਜਾਂ ਕੰਟਰੀ ਆਫ ਰੈਜ਼ੀਡੈਂਸੀ ਟਾਈਸ ਵਾਲਾ ਇੱਕ ਫੈਕਟਰ ਇੰਡੀਆ ਦਾ ਜ਼ਰੂਰ ਲੱਗਿਆ ਉਹਨਾਂ ਦਾ, ਜਿਹੜੇ ਛੱਡ ਕੇ ਆ ਗਏ। ਲੇਕਿਨ ਫੋਰ ਐਗਜ਼ਾਮਪਲ ਜਿਹਨਾਂ ਦੀ ਜੈਨੂਇਨਨੈਸ ਆਫ ਮੈਰਿਜ ਦੇ ਕਾਫੀ ਪਰੂਫ ਹੈ, ਜਿਹਨਾਂ ਦੀ ਨੌਕਰੀ ਚੱਲ ਰਹੀ ਹੈ ਦੁਬਈ ਤੋਂ ਆ ਕੇ, ਫਿਰ ਇੱਥੇ ਉਹਨਾਂ ਨੂੰ ਨੌਕਰੀ ਮਿਲ ਗਈ, ਇੱਥੇ ਵੀ ਉਹਨਾਂ ਦੀ ਇੱਕ ਪੇ ਸਟਬਸ ਜਾਂ ਇਨਕਮ ਸਟੇਟਮੈਂਟ ਵਾਲਾ ਸ਼ੁਰੂ ਹੋ ਗਈ, ਉਹਨਾਂ ਦਾ ਇਸ ਬੇਸ 'ਤੇ ਉਹਨਾਂ ਦਾ ਵੀਜ਼ਾ ਰਿਜੈਕਟ ਨਹੀਂ ਹੋਏਗਾ ਕਿ ਤੁਹਾਡੀ ਟਾਈਸ ਨਹੀਂ ਹੈ। ਸੋ ਟਾਈ ਜੋ ਟਾਈਸ ਇਜ਼ ਵਨ ਰੀਜ਼ਨ, ਜੈਨੂਇਨਨੈਸ ਇਜ਼ ਸੈਕਿੰਡ ਰੀਜ਼ਨ, ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹੈ।
ਦਿਸ ਇਜ਼ ਨਾਟ ਅ ਸਿੰਪਲ ਮੈਟਰ ਜੀ, ਕੋਈ ਟੂਰਿਸਟ ਵੀਜ਼ਾ ਨਹੀਂ ਹੈ, ਕੰਪਲੈਕਸਿਟੀ ਆਫ ਫੈਕਟਰਸ ਬਹੁਤ ਹੈ ਸਾਰੇ ਸਪਾਊਸ ਵੀਜ਼ਾ ਵਿੱਚ, ਸੋ ਇਕੱਲਾ ਇਕੱਲਾ ਫੈਕਟਰਸ ਨੂੰ ਕ੍ਰੋਸ ਐਗਜ਼ਾਮਿਨ ਕਰਕੇ ਫਿਰ ਉਹ ਦੇਖਦੇ ਹਾਂ, ਪਰ ਇਹ ਆ ਆਈ ਐਮ ਹੈਪੀ ਤੁਹਾਡਾ ਕੰਮ ਹੋ ਗਿਆ, ਐਂਡ ਵੈਰੀ ਸੂਨ ਆਈ ਵਿਲ ਯੂ ਨੋ ਪਾਸ ਵਿਲ ਸੀ ਯੂ ਇਨ ਵੈਨਕੂਵਰ ਵੈਨਐਵਰ ਦ ਟਾਈਮ ਕਮਸ, ਅਤੇ ਫਾਇਦਾ ਜ਼ਰੂਰ ਹੋਇਆ, ਟ੍ਰੇਨਿੰਗ ਦਾ $1,000 ਜ਼ਰੂਰ ਤੁਹਾਡੇ ਗਏ, ਲੇਕਿਨ ਫਾਇਦਾ ਜ਼ਰੂਰ ਹੋਇਆ ਸ਼ਾਇਦ। ਹਾਂਜੀ ਹਾਂਜੀ ਜ਼ਰੂਰ ਫਾਇਦਾ ਹੋਇਆ, ਜੋ ਵੀ ਡਾਕੂਮੈਂਟ ਸੀਗੇ ਤੇ ਉਹ ਮੈਂ ਲੈ ਕੇ ਗਿਆ, ਮੈਨੂੰ ਦੱਸਿਆ ਸੀਗਾ ਵੀਰੇ ਨੇ ਵੀ ਜੋਬ ਲੈਟਰ ਹੈ ਜਿਹੜੀ ਲੈ ਜੀ, ਕਿਉਂਕਿ ਮੈਂ ਪਹਿਲਾਂ ਲੈ ਕੇ ਨਹੀਂ ਜਾਣੀ ਸੀਗੀ, ਤੇ ਮੈਂ ਉਹਨਾਂ ਦੇ ਕਹੇ ਤੇ ਹੀ ਜੋ ਵੀ ਇਹ ਜੋਬ ਲੈਟਰ ਪ੍ਰਿੰਟ ਆਊਟ ਕਢਵਾਇਆ, ਤੇ ਉਹਦਾ ਮੈਨੂੰ ਫਾਇਦਾ ਜ਼ਰੂਰ ਹੋਇਆ। ਮੇ ਬੀ ਜੇ ਮੇਰੇ ਕੋਲ ਜੋਬ ਲੈਟਰ ਵੀ ਨਾ ਹੁੰਦੀ ਤਾਂ ਉਹਨਾਂ ਨੇ ਥੋੜ੍ਹਾ ਜਿਹਾ ਅਪਸੈਟ ਹੋ ਜਾਣਾ ਸੀਗਾ, ਕਿਉਂਕਿ ਵੀ ਇਹਦੇ ਕੋਲ ਬਿਲਕੁਲ ਹੈ ਨਹੀਂ ਗੀ ਬਿਲਕੁਲ ਜੋਬ ਲੈਟਰ, ਕੁਛ ਵੀ ਨਹੀਂ, ਬਟ ਸਾਰਾ ਕੁਛ ਉਹਨਾਂ ਕੋਲ ਮੈਂ ਦੇ ਦਿੱਤਾ ਤਾਂ ਉਹ ਮਤਲਬ ਉਹਨਾਂ ਨੇ ਹੋਰ ਕੋਈ ਪੁੱਛਿਆ ਹੀ ਨਹੀਂ, ਚੈਟ ਵਗੈਰਾ ਬਾਰੇ ਵੀ ਪੁੱਛਿਆ ਹੀ ਨਹੀਂ ਉਹਨਾਂ ਨੇ ਵੀ ਹਾਂ ਤੁਸੀਂ ਕਰਦੇ ਹੋ ਜਾਂ ਨਹੀਂ। ਲੇਕਿਨ ਆਹ ਜਿਹੜੀ ਐਪਲੀਕੇਸ਼ਨ ਹੈ ਤੁਸੀਂ ਆਪ ਆਪਣੇ ਆਪ ਲਾਈ ਸੀ ਜਾਂ ਕਿਸੇ ਏਜੰਟ ਜਾਂ ਲਾਇਰ ਥਰੂ? ਨਹੀਂ ਲਾਇਰ ਥਰੂ ਲਾਈ ਸੀਗੀ ਸਰ। ਅੱਛਾ, ਉਸ ਲਾਇਰ ਨੂੰ ਦੱਸਤਾ ਕਿ ਵੀ ਤੁਸੀਂ ਇੰਟਰਵਿਊ ਦੀ ਟ੍ਰੇਨਿੰਗ ਲੈ ਕੇ ਗਏ ਹੋ, ਤੁਹਾਨੂੰ ਇਸ ਤਰ੍ਹਾਂ ਰਿਜ਼ਲਟ ਆ ਰਿਹਾ ਕਿ ਨਹੀਂ, ਜੋ ਕੁਝ ਦੱਸਿਆ ਹੋਇਆ? ਹਾਂਜੀ ਉਹਨਾਂ ਨੂੰ ਮੈਂ ਦੱਸਿਆ ਸੀਗਾ ਮੈਂ ਇੰਟਰਵਿਊ ਦੀ ਟ੍ਰੇਨਿੰਗ ਲੈ ਰਿਹਾ, ਉਹ ਕਹਿੰਦੇ ਵਧੀਆ ਵੀ ਮੈਂ ਵੀ ਤੁਹਾਡੀ ਪ੍ਰੈਕਟਿਸ ਕਰਵਾ ਦੂੰਗਾ, ਤੁਸੀਂ ਉਧਰੋਂ ਵੀ ਕਰਵਾ ਲਓ ਵੀ ਡਬਲ ਕਰ ਲਓ ਤੇ ਤਾਂ ਵਧੀਆ ਹੋਊਗੀ ਜੋ ਵੀ ਆ, ਬਾਕੀ ਉਹ ਕਹਿੰਦੇ ਬਾਕੀ ਤੁਹਾਨੂੰ ਜਿੱਦਾਂ ਠੀਕ ਲੱਗਦਾ ਤਾਂ ਉਦਾਂ ਕਰ ਲਓ। ਠੀਕ ਉਹਨਾਂ ਨੇ ਵੀ ਮੈਨੂੰ ਆਹੀ ਕੁਛ ਦੱਸਿਆ ਸੀਗਾ ਵੀ ਇੱਦਾਂ ਇੱਦਾਂ ਕਰ ਲਿਓ, ਸਰੀ ਦੇ ਵਿੱਚ ਨੇ ਉਹ ਅੱਛਾ ਉਹ ਵੀ ਸਰੀ ਦੈਟਸ ਵੰਡਰਫੁਲ ਤੁਹਾਨੂੰ ਮੈਂ ਲਾਇਸੈਂਸ ਨੇ ਉਹ ਆਈ ਐਮ ਸ਼ੋਰ ਲਾਇਸੈਂਸ ਦੇ ਆਰ ਐਟ ਲੀਸਟ 4000 ਪਲੱਸ ਲਾਇਸੈਂਸ ICCRC ਕੰਸਲਟੈਂਟਸ ਇਨ ਕੈਨੇਡਾ ਟੂਡੇ ਆਈ ਐਮ ਸ਼ੋਰ ਦੇ ਆਰ ਜਿਹੜੇ ਇਨਸਾਨ ਨੇ ਤੁਹਾਡੀ ਇੰਟਰਵਿਊ ਕਰਾਈ ਨਾ, ਦੋ ਮਿੰਟ ਮੈਂ ਲੈ ਕੇ ਜ਼ਰਾ ਦੱਸ ਦਿਆਂ ਤੁਹਾਨੂੰ ਵੀ ਅਤੇ ਹੋਰ ਵੀ ਲੋਕਾਂ ਨੂੰ। ਸੁਖਮਨਜੀਤ ਨੇ ਤੁਹਾਡੀ ਇੰਟਰਵਿਊ ਤਿਆਰੀ ਕਰਾਈ, ਸੁਖਮਨਜੀਤ ਆਪ ਹੀ ਇੰਟਰਵਿਊ ਲੈ ਕੇ ਸਪਾਊਸ ਵੀਜ਼ਾ ਆਪਣਾ ਲਗਵਾ ਕੇ ਇੱਥੇ ਪਹੁੰਚਿਆ ਹੋਇਆ, ਅਤੇ ਉਹਨੂੰ ਪ੍ਰੈਕਟੀਕਲ ਵੀ ਆਪਣਾ ਐਕਸਪੀਰੀਅੰਸ ਹੈ, ਅਤੇ ਨਾਲ ਜਿਸ ਤਰ੍ਹਾਂ ਤੁਹਾਡਾ ਕੇਸ ਹੈ ਇਸ ਤਰ੍ਹਾਂ ਦੇ ਕਈ ਦਰਜਨ ਕੇਸ ਉਹ ਇਸ ਤਰ੍ਹਾਂ ਦੇ ਇੰਟਰਵਿਊ ਦੀ ਤਿਆਰੀ ਕਰਾ ਚੁੱਕਿਆ, ਅਤੇ ਮੈਂ ਮੇਰਾ ਦਾਅਵਾ ਹੈ, ਮੈਂ ਇਹ ਕਹਿਣਾ ਚਾਹੁੰਦਾ ਪਬਲਿਕਲੀ ਕਿ ਇਸ ਵਕਤ ਪੂਰੇ ਕੈਨੇਡਾ ਵਿੱਚ ਕੋਈ ਵੀ ਲਾਇਰ ਕੋਈ ਵੀ ਕੰਸਲਟੈਂਟ ਇੰਨਾ ਮਾਹਿਰ ਨਹੀਂ ਹੈ ਜਿਹੜੇ ਇੰਟਰਵਿਊ ਦੀ ਤਿਆਰੀ ਵਧੀਆ ਤਰੀਕੇ ਨਾਲ ਕਰਾ ਕੇ ਤੁਹਾਨੂੰ ਤਿਆਰ ਕਰਕੇ ਐਪਲੀਕੈਂਟ ਨੂੰ ਤੋਰੇ ਜਿਹੜਾ ਇੰਟਰਵਿਊ ਲਈ। ਸੁਖਮਨਜੀਤ ਤੋਂ ਜ਼ਿਆਦਾ ਬੈਟਰ ਇਸ ਵਕਤ ਕੋਈ ਵੀ ਟੈਲੈਂਟ, ਜੋ ਮੇਰੀ ਜੋ ਆਬਜ਼ਰਵੇਸ਼ਨ ਹੈ ਪਿਛਲੇ ਮੈਂ ਕਈ ਸਾਲ ਤੋਂ ਇਹ ਕੰਮ ਕਰ ਰਿਹਾ, ਆਈ ਡਿਡਨਟ ਫਾਈਂਡ ਐਨੀਬਡੀ ਐਲਸ ਕਿ ਜਿਹੜਾ ਇਸ ਤੋਂ ਜ਼ਿਆਦਾ ਐਕਸਪਰਟ ਹੈ ਇੰਟਰਵਿਊ ਦੇ ਜਿਹੜੇ ਤਿਆਰੀ ਕਰਾਉਣ 'ਚ। ਸੋ ਉਹਨਾਂ ਨੇ ਤੁਹਾਡੀ ਇੰਟਰਵਿਊ ਕਰਵਾਈ ਹੈ, ਅਤੇ ਤੁਹਾਡਾ ਵੀਜ਼ਾ ਇਸ ਕਮਿੰਗ ਇਨ ਫਿਊ ਡੇਜ਼ ਆਈ ਹੋਪ, ਅਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ, ਆਪਣੇ ਵਾਈਫ ਤੁਹਾਡੀ ਵਾਈਫ ਨੂੰ ਵੀ, ਬਾਕੀ ਪਰਿਵਾਰ ਮੈਂਬਰ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹੋ, ਅਤੇ ਆਈ ਵਿਲ ਹੋਪਫੁਲੀ ਸੀ ਯੂ ਸਮ ਟਾਈਮਸ ਇਨ ਵੈਨਕੂਵਰ। ਹਾਂਜੀ ਹਾਂਜੀ ਜ਼ਰੂਰ, ਜੇ ਮੈਂ ਐਡਮਿੰਟਨ ਆਇਆ ਸਰ ਤੁਹਾਨੂੰ ਜ਼ਰੂਰ ਮਿਲ ਕੇ ਰਿਹਾ ਜ਼ਰੂਰ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।